ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਾ ਮਤ ਦੇਹੋ ਦਿਆਲ ਪ੍ਰਭ ਚਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਰਾ ਸਾ ਮਤ ਦੇਹੋ ਦਿਆਲ ਪ੍ਰਭ ਤੂੰ ਠਾਕਰੋ ਬੈ ਰੱਖ ਲੋ ਮੈਂ ਦੇਹੀ ਕਣ ਜੇਰੀ ਰਾਮ ਤੂੰ ਸਾਗਰੋ ਰਤਨਾਗਰੋ ਆਉਂ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਇ ਤੁਮ ਨ ਕੀਜੈ ਰੇਣ ਹੋਵੀਜੈ ਤਾਂਗਤ ਜੀਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਮ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਵਾਹਿਗੁਰੂ
ਬੇਨਤੀ ਹੈ ਸਾਰੇ ਬੋਲੋ, ਅੱਖਾਂ ਬੰਦ ਕਰਕੇ ਬੈਠੋ, ਚੌਂਕੜੇ ਲਾ ਕੇ ਬੈਠੋ, ਸਾਰੇ ਬੋਲੋ ਜੀ ਵਾਹਿਗੁਰੂ 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 ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ।
ਧੰਨ ਗੁਰੂ ਧੰਨ ਗੁਰੂ ਪਿਆਰੇ 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 ਵਾਹਿਗੁਰੂ ਸਰ ਪੜੋ
ਸੱਜਣ ਅਸੀਂ ਸੜੀਆਂ ਜਾ ਹੋਵੇ ਸਾਹ ਵਾਹਿਗੁਰੂ 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 ਵਾਹਿਗੁਰੂ
ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੁਖੀਆ ਉਤਰੈ ਮਨ ਕੀ ਭੁੱਖ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 7-8 ਸਾਲਾਂ ਤੋਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਸ਼ਹਿਰ ਗੋਬਿੰਦਗੜ੍ਹ ਇਸ ਇਲਾਕੇ ਵਿੱਚ ਹੋ ਰਿਹਾ। ਸਤਿਗੁਰੂ ਦੀ ਮਿਹਰ ਨਾਲ ਇੱਥੋਂ ਦੀ ਸੰਗਤ ਸਾਰੀ ਰਲ ਮਿਲ ਕੇ ਉਪਰਾਲਾ ਕਰਦੀ ਹੈ। ਦੂਰ ਦੁਰਾਡਿਆਂ ਤੋਂ ਪਹੁੰਚ ਕੇ ਪਿਆਰ ਵਾਲੇ ਸ਼ਰਧਾ ਭਾਵਨਾ ਵਾਲੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਨੇ। ਸੋ ਮੈਂ ਪਿਛਲਿਆਂ ਦੀਵਾਨਾਂ ਵਿੱਚ ਆਪ ਜੀ ਦੇ ਚਰਨਾਂ ਵਿੱਚ ਅਰਜ ਕਰਦਾ ਰਿਹਾ ਕਿ ਜਿਹੋ ਜਿਹੀ ਸੰਗਤ ਕਰਾਂਗੇ ਉਹੋ ਜਿਹੀ ਮਨ ਨੂੰ ਰੰਗਤ ਚੜ੍ਹੇਗੀ। ਤੇ ਗੁਰਸਿੱਖ ਨਿੱਤ ਅਰਦਾਸ ਕਰਦਾ ਹੈ ਮੇਰੇ ਮਾਲਕਾ ਮੇਲ ਹੀ ਉਹਨਾਂ ਦਾ ਬਖਸ਼ ਮਲਾਪ ਹੀ ਉਹਨਾਂ ਦਾ ਬਖਸ਼ੀ ਜਿਨ੍ਹਾਂ ਦੇ ਮਿਲਣ ਕਰਕੇ ਤੇਰਾ ਹੀ ਨਾਮ ਚੇਤਿਆ। ਰੋਜ਼ ਕਹਿੰਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨਿਆ ਮਿੱਤਰ ਅਸਾਡੇ ਸਹੀ ਹੌਣ ਢੁੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੇ। ਮਾਹੌਲ ਦਾ ਅਸਰ ਮਨ ਤੇ ਬਹੁਤ ਗਹਿਰਾ ਹੁੰਦਾ ਹੈ। ਵੇਖੋ ਗੁਰਮੁਖੋ ਆਪਾਂ ਇੱਥੇ ਬੈਠੇ ਹਾਂ ਨਾ ਸੰਗਤ ਵਿੱਚ, ਜੇ ਹੁਣ ਵੈਰਾਗ ਦੀ ਗੱਲ ਚੱਲ ਪਵੇ ਸਾਹਿਬਜ਼ਾਦਿਆਂ ਦੀ ਗੱਲ ਤੁਰ ਪਏ ਜਾਂ ਹੋਰ ਬੜੇ ਵੈਰਾਗ ਦੇ ਇੱਦਾਂ ਦੇ ਬਚਨ ਹਨ ਇਤਿਹਾਸ ਵਿੱਚ, ਵੈਰਾਗ ਦੀ ਗੱਲ ਤੁਰੇਗੀ ਸਾਰਿਆਂ ਦੇ ਮਨ ਵੈਰਾਗੀ ਹੋ ਜਾਣਗੇ, ਨੇਤਰ ਵੀ ਸਜਲ ਹੋ ਜਾਣਗੇ, ਕਈ ਰੋਣ ਵੀ ਲੱਗ ਪੈਣਗੇ ਕਿਉਂਕਿ ਗੱਲ ਹੀ ਇੱਦਾਂ ਦੀ ਤੁਰ ਪਈ। ਤੇ ਗੱਲ ਹਾਸਰਸ ਦੀ ਚੱਲ ਪਵੇ, ਇਹ ਵੀ ਅੰਗ ਹੈ ਇੱਕ ਹਾਸਰਸ ਵੀ, ਹਾਸਰਸ ਵੀ ਕਵੀ ਮਹਾਰਾਜ ਦੇ ਹੋਏ, ਵੀਰ ਰਸ ਵਾਲੇ ਵੀ ਹੋਏ, ਵੈਰਾਗ ਵਾਲੇ ਵੀ ਸਾਰੇ ਤਰ੍ਹਾਂ ਦੇ ਹੀ ਸਨ। ਇਹ ਵੱਖਰੇ ਵੱਖਰੇ ਰੰਗ ਨੇ। ਹੁਣ ਗੱਲ ਵੈਰਾਗ ਦੀ ਤੁਰ ਪੈਗੀ ਤੇ ਰੋਣ ਲੱਗ ਪੈਣਗੇ, ਗੱਲ ਜੇ ਕਿਤੇ ਹੁਣ ਹਾਸਰਸ ਦੀ ਚੱਲ ਪਵੇ ਸਾਰੇ ਹੱਸਣ ਲੱਗ ਪੈਣਗੇ, ਤੇ ਜੇ ਬੈਠਿਆਂ ਬੈਠਿਆਂ ਗੱਲ ਚੱਲ ਪਵੇ ਵੀਰ ਰਸ ਦੀ, ਕੋਈ ਪ੍ਰਸੰਗ ਹੀ ਇੱਦਾਂ ਦਾ ਤੁਰੇ ਧਿਆਨ ਦਿਓ ਜਿਹਦੇ ਵਿੱਚ ਵੀਰ ਰਸ ਹੋਵੇ, ਤੇ ਬੈਠਿਆਂ ਦਾ ਹੀ ਖੂਨ ਵਾਲੇ ਮਾਰਨ ਲੱਗ ਪੈਂਦਾ। ਢਾਡੀ ਸਿੰਘ ਕਈ ਬੜੇ ਗੜਕ ਕੇ ਪ੍ਰਚਾਰ ਇੱਦਾਂ ਦਾ ਕਰਦੇ ਨੇ, ਜਿੱਥੇ ਆ ਭਾਈ ਤਰਸੇਮ ਸਿੰਘ ਆ ਮੋਰਾਂ ਵਾਲੀ, ਉਹ ਜਥਾ ਉਹਨਾਂ ਦਾ ਉਹ ਇੱਦਾਂ ਲੱਗਦਾ ਵੀ ਇਹਨੇ ਟੀਵੀ ਚੋਂ ਬਾਹਰ ਹੀ ਆ ਜਾਣਾ, ਇੰਨਾ ਜੋਸ਼। ਤੇ ਹੁਣ ਇੱਦਾਂ ਦਿਆਂ ਪ੍ਰਚਾਰਕਾਂ ਨੂੰ ਜਦੋਂ ਸੁਣੀਦਾ ਤੇ ਫਿਰ ਵੀਰ ਰਸ ਆ ਜਾਂਦਾ, ਵੈਰਾਗ ਦੀ ਗੱਲ ਚੱਲੇ ਵੈਰਾਗ ਆ ਜਾਂਦਾ, ਜੇ ਹਾਸਰਸ ਦੀ ਗੱਲ ਚੱਲੇ ਹੱਸਣ ਲੱਗ ਵੀ ਨੇ। ਹੁਣ ਅਸਰ ਕਾਹਦਾ ਹੈ? ਮਾਹੌਲ ਦਾ, ਸੰਗਤ ਦਾ। ਮਾਹੌਲ ਹੀ ਇੱਦਾਂ ਦਾ ਬਣ ਜਾਂਦਾ ਵੀ ਰੋਣ ਨੂੰ ਜੀ ਕਰਦਾ, ਮਾਹੌਲ ਹੀ ਇੱਦਾਂ ਦਾ ਬਣ ਜਾਂਦਾ ਵੀ ਹੱਸਣ ਨੂੰ ਜੀ ਕਰਦਾ।
ਮਾਹੌਲ ਹੀ ਇਦਾਂ ਦਾ ਬਣ ਜਾਂਦਾ ਹੈ ਕਿ ਵੀਰ ਰਸ ਆ ਜਾਂਦਾ ਹੈ, ਇਹ ਮਾਹੌਲ ਹੈ। ਤੇ ਸਾਨੂੰ ਜੇ ਆਪਣੇ ਆਪ ਨੂੰ ਨਾਮ ਦੀ ਰੰਗਣ ਚਾੜਨੀ ਹੈ ਨਾ, ਅਸੀਂ ਜੇ ਕਹਿੰਦੇ ਹਾਂ ਵੀ ਅਸੀਂ ਪਾਠ ਕਰੀਏ, ਨਿਤਨੇਮ ਕਰੀਏ, ਭਜਨ ਕਰੀਏ, ਤੇ ਗੁਰਮੁਖੋ ਆਪਣੇ ਮਾਹੌਲ ਨੂੰ ਪਹਿਲਾਂ ਉਦਾਂ ਦਾ ਬਣਾਉਣਾ ਪੈਣਾ ਹੈ, ਮਾਹੌਲ ਚੇਂਜ ਕਰਨਾ ਪਏਗਾ ਆਲਾ ਦੁਆਲਾ ਆਪਣਾ। ਜੇ ਆਖੀਏ ਵੀ 24 ਘੰਟੇ ਟੀਵੀ ਚੱਲਦਾ ਰਹੇ ਤੇ ਸਵੇਰੇ ਉੱਠ ਕੇ ਮੈਂ ਨਿਤਨੇਮ 5 ਬਾਣੀਆਂ ਦਾ ਕਰ ਲਾਂ, ਮਾਹੌਲ ਹੀ ਨਹੀਂ ਬਣਿਆ, ਸੰਗਤ ਹੀ ਨਹੀਂ ਬਣੀ, ਫਿਰ ਰਸ ਆ ਹੀ ਨਹੀਂ ਸਕਦਾ। ਜੇ ਸਾਰੇ ਘਰ ਦਾ ਮਾਹੌਲ ਚੇਂਜ ਨਹੀਂ ਕਰ ਸਕਦੇ ਤੇ ਘੱਟ ਤੋਂ ਘੱਟ ਇੱਕ ਰੂਮ, ਇੱਕ ਕਮਰਾ ਇਦਾਂ ਦਾ ਹੋਵੇ, ਤੂੰ ਆਖੇ ਮੈਂ ਇਹਦੇ ਵਿੱਚ ਬੈਠ ਕੇ ਭਜਨ ਕਰਨਾ ਹੈ, ਬੱਚੇ ਵੇਖਦੇ ਨੇ ਨਹੀਂ ਤੁਹਾ ਤੇਰੀ ਮਨ ਦੇ ਵੇਖਣ ਦੇ, ਤੂੰ ਦੂਜੇ ਕਮਰੇ 'ਚ ਬੈਠ। ਜੇ ਆਪਣੇ ਆਪ ਨੂੰ ਸਹੀ ਰੱਖ, ਜੇ ਆਪਣੇ ਨਿਤਨੇਮ ਦੀ ਪਰਪੱਕਤਾ ਚਾਹੀਦੀ, ਤੇ ਜਿੱਥੇ 24 ਘੰਟੇ ਟੀਵੀ ਚੱਲਦਾ, 24 ਘੰਟੇ ਨਾਚ ਹੋ ਰਿਹਾ ਹੈ, ਉੱਥੇ ਬਹਿ ਕੇ ਆਖੇ ਵੀ ਮੈਂ 24 ਘੰਟੇ, ਮੈਂ ਹੁਣ ਰਾਤ ਤੇ 3 ਘੰਟੇ ਫਿਲਮ ਵੇਖੀ, ਉਸੇ ਸੋਫੇ ਤੇ ਬਹਿ ਕੇ ਸਵੇਰੇ ਮੈਂ 5 ਬਾਣੀਆਂ ਪੜ੍ਹ ਲਾਂਗਾ, ਉਹ ਮਾਹੌਲ ਹੀ ਇੱਦਾਂ ਦਾ, ਉੱਥੇ ਪੜ੍ਹਿਆ ਹੀ ਨਹੀਂ ਜਾਣਾ। ਕਈ ਇੱਦਾਂ ਦੇ ਵੀ ਨੇ ਸਾਹਮਣੇ ਟੀਵੀ ਲਾ ਲੈਣਗੇ, ਹੱਥ 'ਚ ਗੁਟਕਾ ਫੜ ਲੈਣ, ਨਿਗਾਹ ਉਹਨਾਂ ਦੀ ਉੱਧਰ ਹੀ ਹੁੰਦੀ ਹੈ, ਇੱਦਾਂ ਵੀ ਕਰਦੇ ਨੇ ਕਈ। ਇਹ ਤੇ ਵੱਧਾ ਚੱਟੀ ਦਿਖਾਵਾ ਹੈ, ਪਰ ਜੇ ਚਾਹੁੰਦੇ ਆ ਨਾ ਵੀ ਰੰਗ ਲੱਗਾ ਰਹੇ ਨਾਮ ਦਾ, ਮਨ ਨੂੰ ਰੰਗਤ ਚੜ੍ਹੀ ਰਵੇ, ਫਿਰ ਆਪਣਾ ਆਲਾ ਦੁਆਲਾ ਇੱਦਾਂ ਦਾ ਬਣਾਈਏ, ਮਾਹੌਲ ਇੱਦਾਂ ਦਾ ਬਣਾਈਏ, ਮਨਮੁੱਖਾਂ ਦੀ ਸੰਗਤ ਵਿੱਚ ਬਹੀਏ ਨਾ, ਯਤਨ ਕਰੀਏ ਵੀ ਇਹਨੇ ਗੱਲਾਂ ਹੀ ਇੱਦਾਂ ਦੀਆਂ ਕਰਨੀਆਂ, ਇਹਦੇ ਤੋਂ ਪਰਾਂ ਹੀ ਰਵੋ। ਕਿਉਂਕਿ ਵੇਖੋ ਗੁਰਮੁਖੋ ਨਿੰਦਿਆ ਨਾ ਜਿਹੜੀ, ਐਵੇਂ ਬਿਨਾਂ ਗੱਲ ਤੋਂ ਕਿਸੇ ਦੇ ਵਿਰੁੱਧ ਬੋਲੀ ਜਾਓ, ਸੁਣੀਆਂ ਸੁਣਾਈਆਂ ਗੱਲਾਂ ਕਰਕੇ ਰੌਲਾ ਪਾਈ ਜਾਓ, ਉਹਦੇ ਨਾਲ ਵੇਖੋ ਇੱਕ ਵਾਰੀ ਤੁਸੀਂ 5 ਮਿੰਟ ਧਿਆਨ ਦਿਓ, 5 ਮਿੰਟ ਕਿਸੇ ਦੇ ਵਿਰੁੱਧ ਬੋਲੋ, ਡਟ ਕੇ ਨਿੰਦਿਆ ਕਰੋ, ਦਿਲ ਖੋਲ ਕੇ ਈਰਖਾ ਭੜਾਸ ਕੱਢ ਦਿਓ, 5 ਮਿੰਟ ਬੋਲੋਗੇ 2 ਘੰਟੇ ਮਨ ਟਿਕਾਣੇ ਨਹੀਂ ਆਏਗਾ, 2 ਘੰਟੇ ਨਬਜ਼ ਤੇਜ਼ ਹੋ ਜਾਏਗੀ, ਦਿਲ ਤੇਜ਼ ਧੜਕਣ ਲੱਗ ਜਾਏਗਾ, 2 ਘੰਟੇ ਮਾਹੌਲ ਹੀ ਇੱਦਾਂ ਦਾ ਬਣ ਜਾਏਗਾ ਕਿ ਮਨ ਦੀ ਸ਼ਾਂਤੀ ਭੰਗ ਹੋ ਜਾਏਗੀ। 5 ਮਿੰਟ ਨਿੰਦਿਆ ਦਾ ਇੰਨਾ ਅਸਰ ਹੁੰਦਾ, ਤੇ 5 ਮਿੰਟ ਕਿਤੇ ਵਾਹਿਗੁਰੂ 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 ਕੀਤਾ ਜਾਏ, 5 ਮਿੰਟ ਸਿਮਰਨ ਨਾਲ ਮਨ ਸ਼ਾਂਤ ਹੋ ਜਾਂਦਾ, ਮਨ ਠੰਡਾ ਠਾਰ ਹੋ ਜਾਂਦਾ। ਇਸ ਕਰਕੇ ਜੇ ਤੇ ਸਥਿਰਤਾ ਰੱਖਣੀ ਹੈ ਵੀ ਨਿਤਨੇਮ ਬਣਿਆ ਰਵੇ, ਮੈਂ ਸਿਮਰਨ ਕਰਦਾ ਰਵਾਂ, ਮੈਨੂੰ ਮੇਰੀ ਰੂਹ ਦੀ ਖੁਰਾਕ ਮਿਲਦੀ ਰਵੇ, ਤੇ ਭੁੱਲ ਕੇ ਵੀ ਮਨਮੁੱਖਾਂ ਦੀ ਸਭਾ 'ਚ ਨਾ ਬੈਠੋ, ਭੁੱਲ ਕੇ ਵੀ ਮਨਮੁੱਖਾਂ ਦੀ ਸੰਗਤ ਨਾ ਕਰੋ। ਭਾਈ ਰਘਵੀਰ ਸਿੰਘ ਬੀਰ ਨੇ ਲਿਖਿਆ ਬੰਦਗੀ ਨਾਮਾ ਬੁੱਕ, ਉਹਨਾਂ ਦੀ ਇੱਕ ਕਿਤਾਬ ਹੈ, ਉਹਦੇ 'ਚ ਉਹਨਾਂ ਨੇ ਲਿਖਿਆ ਜਦੋਂ ਮੈਂ ਆਪਣੇ ਪਾਠ ਕਰਨ ਵਾਲੇ, ਸਿਮਰਨ ਕਰਨ ਵਾਲੇ, ਭਜਨ ਕਰਨ ਵਾਲੇ ਕਮਰੇ ਵਿੱਚ ਜਾਂਦਾ, ਮੈਨੂੰ ਇਦਾਂ ਲੱਗਦਾ ਜਿਵੇਂ ਮੈਂ ਕਿਸੇ ਤੀਰਥ ਤੇ ਆ ਗਿਆ, ਇਹ ਲੱਗਦਾ ਵੀ ਇਹ ਕਮਰਾ ਮੇਰੇ ਘਰ 'ਚ ਹੈ ਹੀ ਨਹੀਂ, ਇਹ ਬਾਹਰ ਹੈ ਕਿਤੇ। ਉਹ ਕਮਰੇ ਦਾ ਮਾਹੌਲ ਹੀ ਇਦਾਂ ਦਾ, ਸੁਚਮਤਾ, ਸਫਾਈ, ਉੱਥੇ ਕੋਈ ਜੁੱਤਾ ਲੈ ਕੇ ਨਹੀਂ ਵੜਦਾ, ਇਸ਼ਨਾਨ ਕਰਕੇ ਅੰਦਰ ਜਾਣਾ ਹੈ, ਹੁਣ ਮਾਹੌਲ ਹੀ ਇਦਾਂ ਦਾ, ਉੱਥੇ ਇੱਕ ਮਨ ਨੂੰ ਟਿਕਾਅ ਮਿਲਦਾ। ਪੂਜਾ ਰੂਮ ਬੜੇ ਨੇ ਕੋਠੀ 'ਚ, ਪੂਜਾ ਰੂਮ ਵੀ ਬਣਾਇਆ, ਵੜ ਕੇ ਕਦੀ ਵੇਖਿਆ ਨਹੀਂ ਵੀ ਪੂਜਾ ਰੂਮ, ਕਦੇ ਅੰਦਰ ਮੱਥਾ ਵੀ ਨਹੀਂ ਟੇਕਿਆ, ਕਦੇ ਗਿਆ ਨਹੀਂ, 5-4 ਪੋਥੀਆਂ ਰੱਖ ਲਈਆਂ ਨੇ, ਬਣ ਗਿਆ ਪੂਜਾ ਰੂਮ। ਸਾਰੇ ਤੇ ਨਹੀਂ ਇੱਦਾਂ ਦੇ ਬੜੇ ਨੇ, ਪਾਠ ਭਜਨ ਕਰਨ ਵਾਲੇ ਕਮਰਾ ਬਣਿਆ, ਸਵੇਰੇ ਸ਼ਾਮ ਉਹਦੇ ਵਿੱਚ ਬਹਿੰਦੇ ਵੀ ਨੇ ਜਾ ਕੇ, 5 ਮਿੰਟ, 10 ਮਿੰਟ, ਅੱਧਾ ਘੰਟਾ।
ਪਾਠ ਕਰਨ ਵਾਲਾ ਕਮਰਾ ਬਣਾਓ, ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਬਹੀਏ ਵੀ ਅੱਧਾ ਘੰਟਾ ਘੰਟਾ, ਘਰ ਦਾ ਹੀ ਸਾਰੇ ਦਾ ਮਾਹੌਲ ਇਦਾਂ ਦਾ ਹੋਵੇ ਕਿ ਸ਼ਾਂਤੀ ਮਿਲੇ, ਮਨ ਨੂੰ ਰਸ ਬਣਿਆ ਰਹੇ, ਆਨੰਦ ਆਵੇ। ਸੋ ਸਤ ਸੰਗਤ ਦਰਬਾਰ ਸਾਹਿਬ ਜਾਂਦਿਆਂ ਵੇਖੋ ਕਿੰਨਾ ਟਿਕਾ ਹੈ, ਕਿੰਨੀ ਸ਼ਾਂਤੀ ਮਿਲਦੀ ਹੈ ਜੇ ਸ਼ਰਧਾ ਭਾਵਨਾ ਨਾਲ ਉੱਥੇ ਨਮਸਕਾਰ ਕਰੀਏ। ਮੈਂ ਬੜੀ ਵਾਰੀ ਇਹ ਸੰਗਤ ਵਿੱਚ ਅਰਜ਼ ਕੀਤੀ ਹੈ, ਆਪ ਜੀ ਵਿੱਚ ਸਾਂਝੀ ਕਰਦਾ ਹੀ ਰਹਿਣਾ, ਪਹਿਰੇਦਾਰਾਂ ਨੂੰ ਅਰਜ਼ ਕਰਾਂਗਾ ਅੱਧ ਵਿਚਾਲੇ ਰਸਤਾ ਬੰਦ ਕਰ ਦਿਓ, ਜਦੋਂ ਆਪਾਂ ਸਮਾਪਤੀ ਕਰਾਂਗੇ ਫਿਰ ਰਸਤਾ ਦੁਬਾਰਾ ਖੋਲ ਦਿੱਤਾ ਜਾਏਗਾ। ਜਿਹੜੇ ਰਹਿ ਜਾਣਗੇ ਉਹਨਾਂ ਨੂੰ ਮੱਥਾ ਸਭ ਨੂੰ ਟਿਕਾਵਾਂਗੇ। ਇੱਕ ਵਾਰੀ ਦੂਰੋਂ ਮੱਥਾ ਟਿਕਾਓ, ਇੱਕ ਵਾਰੀ ਫਿਰ ਨੇੜੇ ਟਿਕਾ ਦਿਓ, ਦੂਰਾ ਮੱਥਾ ਟੇਕ ਲੈਣਗੇ ਪਰ ਥੋੜਾ ਸਮਾਂ ਇਕਾਗਰਤਾ ਬਣੇ। ਅੱਜ ਲਾਸਟ ਦੀਵਾਨ ਹੈ ਤੇ ਥੋੜਾ ਜਿਹਾ ਸਮਾਂ ਇਕਾਗਰਤਾ ਬਣਨੀ ਬਹੁਤ ਲਾਜ਼ਮੀ। ਮੈਂ ਅਰਜ਼ ਕਰਦਾ ਰਹਿੰਦਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਇੱਕ ਐਸਾ ਤੀਰਥ ਹੈ ਜਿੱਥੇ ਸੁੱਕਿਆ ਹੋਇਆ ਮਨ ਹਰਾ ਭਰਾ ਹੋ ਜਾਂਦਾ। ਮੈਂ ਰਾਤ ਤੇ ਅਰਜ਼ ਕੀਤੀ ਸੀ, ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀਓ ਭਰਿਆ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਇਹ ਨਹੀਂ ਕਹਿੰਦੇ ਕਿ ਤੂੰ ਉਦਮ ਨਾ ਕਰ, ਕਹਿੰਦੇ ਨੇ ਚਿਤਵਦਾ ਰਹਿਣਾ ਹੈ, ਆਹ ਕਰਨਾ ਆਹ ਕਰਨਾ ਆਹ ਕਰਨਾ। ਕਹਿੰਦੇ ਤੈਨੂੰ ਚਿੰਤਾ ਦੀ ਲੋੜ ਨਹੀਂ, ਆਰੇ ਮਾਲਕ ਆਪ ਹੀ ਲੱਗਿਆ, ਉਹਨੂੰ ਪਤਾ ਕਿਹਨੂੰ ਕਿਵੇਂ ਰੋਜੀ ਦੇਣੀ, ਚਿੰਤਾ ਤੇ ਉਹਨੂੰ ਹੈ। ਤੂੰ ਐਵੇਂ ਹਰ ਵੇਲੇ ਸੋਚਦਾ ਰਹਿਣਾ, ਚਿੰਤਾ ਕਰਦਾ ਰਹਿਣਾ, ਤੇਰੇ ਸੋਚਣ ਨਾਲ ਨਹੀਂ ਕੁਛ ਬਣਨਾ, ਮਾਲਕ ਨੂੰ ਫਿਕਰ ਹੈ। ਕਾਹੇ ਰੇ ਮਨ ਚਿਤਵਹਿ ਉਦਮ ਜਾ ਆਹਰ ਹਰ ਜੀ ਉਪਰਿਆ, ਸੈਲ ਪੱਥਰ ਮਹਿ ਜਨ ਤੋਂ ਪਾਏ ਤਾਕਾ ਰਿਜਕ ਆਗੈ ਕਰ ਧਰਿਆ। ਤੇ ਰਾਤ ਅਰਜ਼ ਕੀਤੀ ਸੀ, ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਧਰਿਆ। ਭਾਈ ਮਾਧੋ ਦਾਸ ਦਾ ਆਪ ਜੀ ਨੇ ਪ੍ਰਸੰਗ ਵੀ ਕੱਲ੍ਹ ਸਰਵਣ ਕੀਤਾ, ਮਾਧੋ ਦਾਸ ਤੇ ਮਾਧੋ ਪਰਮੇਸ਼ਵਰ ਨੂੰ ਵੀ ਆਖਿਆ ਮਾਇਆ ਦਾ ਪਤੀ, ਹੇ ਮੇਰੇ ਮਾਲਕ ਜੀ, ਹੇ ਮੇਰੇ ਮਾਲਕਾ, ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਧਰਿਆ। ਜਿਨ੍ਹਾਂ ਨੂੰ ਤੇਰੀ ਸਤਸੰਗਤ ਮਿਲ ਜਾਂਦੀ ਹੈ, ਗੁਰਮੁਖਾਂ ਦੀ ਸਭਾ 'ਚ ਜਿਹੜੇ ਬਹਿਣੇ ਸ਼ੁਰੂ ਹੋ ਜਾਂਦੇ ਨੇ ਉਹ ਤਰ ਜਾਂਦੇ ਨੇ, ਤੇ ਗੁਰੂ ਦੀ ਕਿਰਪਾ ਨਾਲ ਗੁਰਪ੍ਰਸਾਦ ਪਰਮ ਪਦ ਪਾਇਆ, ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮ ਪਦਵੀ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਸੁੱਕੇ ਕਾਸ਼ਟ ਹਰਿਆ, ਸੁੱਕੀਆਂ ਲੱਕੜਾਂ ਭਾਵ ਕੇ ਸੁੱਕੇ ਹੋਏ ਮਨ ਵੀ ਹਰੇ ਭਰੇ ਹੋ ਜਾਂਦੇ ਸੰਗਤ ਦੁਆਰਾ। ਹੁਣ ਦਰਬਾਰ ਸਾਹਿਬ ਅੰਮ੍ਰਿਤਸਰ ਵਰਗੀ ਸੰਗਤ ਕਿੱਥੇ ਹੈ ਗੁਰਮੁਖੋ? ਹੁਣ ਅੰਮ੍ਰਿਤਸਰ ਇੱਕ ਐਸਾ ਤੀਰਥ ਹੈ, ਧਿਆਨ ਦੇਣਾ, ਜਿਹੜੇ ਨੇ ਨਾ ਅਭਿਆਸੀ, ਜਦੋਂ ਆਪਾਂ ਕਦੇ ਕਹਿੰਦੇ ਹਾਂ ਨਾ ਲਓ ਸਾਧ ਸੰਗਤ ਜੀ 5 ਮਿੰਟ ਸਿਮਰਨ ਕਰੀਏ, ਉਹਨਾਂ ਦਾ ਮਨ ਖਿੜ ਜਾਂਦਾ ਵੀ ਸਿਮਰਨ ਕਰਾਂਗੇ ਰਸ ਆਇਆ। ਜਿਹੜੇ ਕੱਚੇ ਨੇ ਮੇਰੇ ਵਰਗੇ ਉਹ ਕਹਿਣਗੇ ਲੈ ਕੀ ਵਾਹਿਗੁਰੂ 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 ਕੋਈ ਗੱਲ ਸੁਣਾਓ, ਇਹਦਾ ਕੀ ਮਤਲਬ? ਇੱਦਾਂ ਵੀ ਨੇ ਬੜੇ, ਉਹਨਾਂ ਨੂੰ ਆਨੰਦ ਨਹੀਂ ਆਉਂਦਾ ਕਿਉਂਕਿ ਸੁਭਾਅ ਨਹੀਂ ਬਣਿਆ, ਉਹਨਾਂ ਨੂੰ ਰਸ ਨਹੀਂ ਬਣੇਗਾ। ਤੇ ਗੁਰਮੁਖੋ ਜਿਹੜੇ ਸਿਮਰਨ ਵਾਲੇ ਨੇ, ਅਭਿਆਸੀ ਨੇ, ਜਿਹੜੇ ਜਦੋਂ ਕੋਈ ਕੀਰਤਨੀਆਂ ਮਨ ਨਾਲ ਇਕਾਗਰ ਹੋ ਕੇ, ਇਕਾਗਰ ਚਿੱਤ ਹੋ ਕੇ ਕੀਰਤਨ ਕਰਦਾ, ਉਦੋਂ ਵੀ ਉਹਨਾਂ ਦਾ ਸਿਮਰਨ ਚੱਲ ਪੈਂਦਾ। ਜਦੋਂ ਕੋਈ ਕਥਾ ਚੱਲੇ ਤੇ ਪਿਆਰ ਦੀ ਗੱਲ ਆ ਜਾਏ, ਵੈਰਾਗ ਦੀ ਗੱਲ ਆ ਜਾਏ, ਸ਼ਰਧਾ ਦੀ ਗੱਲ ਆ ਜਾਏ, ਰੰਗਿਆਂ ਹੋਇਆਂ ਦੀ ਗੱਲ ਤੁਰ ਪਵੇ, ਉਸੇ ਵੇਲੇ ਗੁਰਮੁਖੋ ਜਿਹੜੇ ਭਜਨ ਕਰਨ ਵਾਲੇ ਨੇ ਉੱਥੇ ਉਹਨਾਂ ਦਾ ਸਿਮਰਨ ਆਪੇ ਹੀ ਚੱਲ ਪੈਂਦਾ। ਜੇ ਕਰਦੇ ਹੋਣ ਤਾਂ ਵਾਹਿਗੁਰੂ ਵਾਹਿਗੁਰੂ ਵਾਹ ਆਪੇ ਹੀ ਅੰਦਰ ਚੱਲਦਾ ਹੈ, ਆਦਤ ਬਣ ਗਈ ਹੈ ਜੇ ਤਾਂ।
ਤੇ ਦਰਬਾਰ ਸਾਹਿਬ ਇੱਕ ਐਸਾ ਤੀਰਥ ਹੈ ਜਦੋਂ ਅੰਮ੍ਰਿਤਸਰ ਸਾਹਿਬ ਅੰਦਰ ਵੜੀਏ ਉਹ ਇੱਕ ਇਹੋ ਜਿਹੀ ਧਰਤੀ ਹੈ ਅਭਿਆਸੀ ਜਿਹੜੇ ਨੇ ਨਾ ਜਦੋਂ ਦਿਉੜੀ ਅੰਦਰ ਵੜਦੇ ਨੇ ਉਸੇ ਵੇਲੇ ਉਹਨਾਂ ਦਾ ਸਿਮਰਨ ਚੱਲ ਪੈਂਦਾ ਰੋਮ ਰੋਮ ਵਿੱਚ ਸਿਮਰਨ ਚੱਲ ਪੈਂਦਾ ਅਭਿਆਸੀਆਂ ਦਾ ਦੂਜਿਆਂ ਦਾ ਨਹੀਂ ਸਿਮਰਨ ਕਰਨ ਵਾਲਿਆਂ ਦਾ ਦਰਬਾਰ ਸਾਹਿਬ ਵੜਨ ਸਾਰ ਵਾਹਿਗੁਰੂ ਵਾਹਿਗੁਰੂ ਚੱਲਣ ਲੱਗ ਪੈਂਦਾ ਇੱਕ ਹੁੰਦਾ ਸਿਮਰਨ ਕਰਨਾ ਇੱਕ ਹੁੰਦਾ ਸਿਮਰਨ ਚੱਲਣਾ ਨਾਮ ਜਪਣਾ ਫਿਰ ਸਿਮਰਨ ਆਪੇ ਬਣ ਜਾਂਦਾ ਹੈ ਆਪੇ ਚੱਲਦਾ ਹੈ ਤੇ ਸਿਮਰਨ ਵਿੱਚ ਬੜੀਆਂ ਵੱਡੀਆਂ ਬਰਕਤਾਂ ਨੇ ਗੁਰਮੁਖੋ ਸਿਮਰਨ ਵਿੱਚ ਬੜੀ ਵੱਡੀ ਤਾਕਤ ਹੈ ਮੈਂ ਪਹਿਲੇ ਦੀਵਾਨ ਵਿੱਚ ਸਿਮਰਨ ਦੇ ਸੰਬੰਧ ਵਿੱਚ ਵਿਸਥਾਰ ਚ ਬੇਨਤੀਆਂ ਕੀਤੀਆਂ ਸੀ ਤੇ ਜਦੋਂ ਦਰਬਾਰ ਸਾਹਿਬ ਵੜੀਏ ਉਹ ਕਿਹੋ ਜਿਹਾ ਤੀਰਥ ਹੈ ਉੱਥੇ ਮਨ ਸ਼ਾਂਤ ਹੋ ਜਾਂਦਾ ਮੈਂ ਬੜੇ ਸੱਜਣ ਏਦਾਂ ਦੇ ਵੇਹਨਾ ਵਾਂ ਧਿਆਨ ਦਿਓ ਗੁਰਮੁਖੋ ਧਿਆਨ ਦਿਓ ਬੜੇ ਮਿਲਦੇ ਨੇ ਕਹਿਣਗੇ ਬਾਬਾ ਜੀ ਕਿਸੇ ਸਮੇਂ ਪੰਜ ਬਾਣੀਆਂ ਪੜ੍ਹਦੇ ਸਾਂ ਹੁਣ ਜੀ ਨਹੀਂ ਕਰਦਾ ਪੜ੍ਹਨ ਕਿਸੇ ਸਮੇਂ ਬੜਾ ਪਾਠ ਕਰਦੇ ਸਾਂ ਹੁਣ ਜੀ ਨਹੀਂ ਕਰਦਾ ਪਾਠ ਕਰਨ ਕਦੇ ਅਸੀਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਸਾਂ ਹੁਣ ਪਤਾ ਨਹੀਂ ਕੀ ਹੋ ਗਿਆ ਇਹ ਸੋਕਾ ਲੱਗ ਗਿਆ ਮਨ ਨੂੰ ਕਦੇ ਮਨ ਜੁੜਦਾ ਸੀ ਹੁਣ ਨਹੀਂ ਜੁੜਦਾ ਮਨ ਨੂੰ ਸੋਕਾ ਲੱਗ ਗਿਆ ਤੇ ਅਰਜ ਕਰ ਗਿਆ ਸਾਂ ਰਾਤ ਕਿ ਸੁੱਕੇ ਹੋਏ ਦਰਖਤ ਨੂੰ ਵੇਖਣ ਨੂੰ ਵੀ ਜੀ ਨਹੀਂ ਕਰਦਾ ਹਰੇ ਥੱਲੇ ਬਹਿਣ ਨੂੰ ਮਨ ਕਰਦਾ ਹਰਿਆ ਭਰਿਆ ਦਰਖਤ ਮਨ ਨੂੰ ਸੋਹਣਾ ਲੱਗਦਾ ਅੱਖਾਂ ਨੂੰ ਸੋਹਣਾ ਲੱਗਦਾ ਉਹਦੇ ਥੱਲੇ ਬਹਿਣ ਨੂੰ ਜੀ ਕਰਦਾ ਹੈ ਸੁੱਕੇ ਹੋਏ ਦਰਖਤ ਕੋਲ ਜਾਣ ਨੂੰ ਜੀ ਨਹੀਂ ਕਰਦਾ ਜਿਹੜੇ ਅੰਦਰੋਂ ਸੁੱਕੇ ਹੋਏ ਨੇ ਨਾ ਇਹ ਸੱਚ ਹੈ ਉਹਨਾਂ ਵੱਲ ਵੀ ਵੇਖਣ ਨੂੰ ਜੀ ਨਹੀਂ ਕਰਦਾ ਉਹਨਾਂ ਕੋਲ ਬਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਅੰਦਰ ਸੋਕਾ ਲੱਗਿਆ ਹੈ ਰਸ ਉੱਥੇ ਹੁੰਦਾ ਹੀ ਨਹੀਂ ਆਨੰਦ ਹੁੰਦਾ ਹੀ ਨਹੀਂ ਸ਼ਾਂਤੀ ਹੁੰਦੀ ਨਹੀਂ ਸੁੱਕਾ ਹੋਇਆ ਮਨ ਹੈ ਤੇ ਸੰਗਤ ਕਰਕੇ ਵੀ ਮਨ ਸਗੋਂ ਦੁਖੀ ਹੁੰਦਾ ਹੈ ਇਸ ਕਰਕੇ ਸੁੱਕਿਆ ਹੋਇਆ ਮਨ ਜੇ ਸੋਕਾ ਲੱਗ ਗਿਆ ਹੈ ਕਦੇ ਤੂੰ ਹਰਿਆ ਭਰਿਆ ਸੈਂ ਪਰ ਅੱਜ ਟੁੱਟ ਗਿਆ ਹੈ ਤੇ ਮੇਰੀ ਅਰਜ਼ ਪੱਲੇ ਬੰਨਿਓ ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ ਹੈ ਕਿ ਦਰਬਾਰ ਸਾਹਿਬ ਐਸਾ ਤੀਰਥ ਹੈ ਟਾਈਮ ਚੋਂ ਟਾਈਮ ਕੱਢੋ ਇੱਕ ਹਫ਼ਤੇ ਵਾਸਤੇ ਚਲੇ ਜਾਓ ਹਫ਼ਤੇ ਨਹੀਂ ਪੰਜ ਦਿਨਾਂ ਲਈ ਚਲੇ ਜਾਓ ਪੰਜ ਦਿਨ ਨਾ ਕੱਢੋ ਤਿੰਨ ਦਿਨ ਕੱਢ ਲਓ ਦਰਬਾਰ ਸਾਹਿਬ ਦੀਆਂ ਪ੍ਰਕਰਮਾ 'ਚ 18 ਘੰਟੇ ਲਾਓ 24 ਘੰਟਿਆਂ 'ਚੋਂ ਪੰਜ ਚਾਰ ਘੰਟੇ ਆਰਾਮ ਕਰੋ ਫਿਰ ਆ ਜਾਓ ਥੋੜ੍ਹੀ ਬਹੁਤ ਸੇਵਾ ਕਰਕੇ ਗੁਰੂ ਸਾਹਿਬ ਦੇ ਆਉਂਦਿਆਂ ਦੇ ਦਰਸ਼ਨ ਕਰੋ ਜਾਂਦਿਆਂ ਦੇ ਦਰਸ਼ਨ ਕਰੋ ਰੋਜ਼ ਬਹਿ ਕੇ ਉੱਥੇ 8-8 ਘੰਟੇ ਕਦੇ ਅੰਦਰ ਬਹਿ ਜਾ ਕਦੇ ਪ੍ਰਕਰਮਾ 'ਚ ਬਹਿ ਜਾ ਜਿੱਥੇ ਥਾਂ ਮਿਲੇ ਬਹਿ ਤੂੰ ਪੰਜ ਦਿਨ ਹੀ ਲਾ ਆ ਤੇਰਾ ਮਨ ਦਾ ਸੋਕਾ ਦੂਰ ਹੋ ਜਾਏਗਾ ਸੁੱਕਾ ਹੋਇਆ ਮਨ ਹਰਪ ਐਸਾ ਇੱਕ ਤੀਰਥ ਦੇ ਗਏ ਨੇ ਮਹਾਰਾਜ ਜਿੱਥੇ ਸੁੱਕੇ ਹੋਏ ਮਨ ਹਰੇ ਭਰੇ ਹੁੰਦੇ ਨੇ ਉੱਥੇ ਇੰਨੀ ਬਰਕਤ ਹੈ ਇੰਨੀ ਰੂਹਾਨੀਅਤ ਹੈ ਇੱਕ ਅੰਗਰੇਜ਼ ਆਇਆ ਪੁੱਛਿਆ ਕਹਿੰਦੇ ਦੱਸੋ ਕਿ ਤਾਜ ਮਹਿਲ ਤੇ ਅੰਮ੍ਰਿਤਸਰ 'ਚ ਕੀ ਫਰਕ ਹੈ ਸੋਹਣਾ ਕਿਹੜਾ ਲੱਗਦਾ ਉਹ ਤੇ ਅਜੂਬਾ ਹੈ ਤਾਜ ਮਹਿਲ ਤੇ ਕਿਹੜਾ ਸੋਹਣਾ ਲੱਗਦਾ ਕੀ ਮਹਿਸੂਸ ਕੀਤਾ ਅੰਗਰੇਜ਼ ਆਖਣ ਲੱਗਾ ਉੱਥੇ ਤੇ ਮੌਤ ਵਰਗਾ ਸਨਾਟਾ ਛਾਇਆ ਹੋਇਆ ਉੱਥੇ ਤੇ ਮੌਤ ਹੈ ਕਿਉਂਕਿ ਹੈ ਤੇ ਕਬਰ ਹੀ ਹੈ ਕਬਰ ਨੂੰ ਜਿੰਨੀ ਮਰਜ਼ੀ ਸਜਾ ਲਓ ਮੜੀ ਤੇ ਮੜੀ ਰਹਿਣੀ ਕਬਰ ਤੇ ਕਬਰ ਹੈ ਭਾਵੇਂ ਤੁਸੀਂ ਉਹਦੇ ਤੇ ਜੋ ਮਰਜ਼ੀ ਬਣਾ ਦਿਓ ਕਹਿੰਦੇ ਨੇ ਉੱਥੇ ਤੇ ਮੌਤ ਹੈ ਮੌਤ ਯਾਦ ਆਉਂਦੀ ਹੈ ਮੌਤ ਵਰਗੀ ਖਾਮੋਸ਼ੀ ਹੈ ਪਰ ਜਦੋਂ ਦਰਬਾਰ ਸਾਹਿਬ ਜਾਈਏ ਇਹ ਐਸਾ ਤੀਰਥ ਹੈ ਜਿੱਥੇ ਮੁਰਦੇ ਜਿੰਦਾ ਹੁੰਦੇ ਨੇ
ਭਾਵ ਕਿ ਜਿੱਥੇ ਸੋਏ ਸੁੱਤੇ ਹੋਏ ਮਨ ਕਾਇਮ ਹੋ ਜਾਂਦੇ ਨੇ, ਜਿੱਥੇ ਜਾਗ ਪਈਦਾ, ਇਹ ਐਸਾ ਤੀਰਥ ਹੈ, ਇੰਨਾ ਅੰਤਰ ਹੈ ਦੋਵਾਂ 'ਚ, ਉੱਥੇ ਤੇ ਮੌਤ ਹੈ, ਇੱਥੇ ਜ਼ਿੰਦਗੀ ਮਿਲਦੀ। ਜ਼ਿੰਦਗੀ ਮਿਲਦੀ ਹੈ ਇੱਥੇ। ਤੇ ਗੁਰਮੁਖੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਐਸੀ ਹੈ, ਗੁਰਮੁਖ ਧਿਆਨ ਦੇਣਾ, ਸਰੀਰ ਦੇ ਜੀਵਨ ਨੂੰ ਗੁਰੂ ਸਾਹਿਬ ਨੇ ਮਹਾਰਾਜ ਤੇ ਕਹਿੰਦੇ ਨੇ ਜ਼ਮੀਰ ਦਾ ਜੀਵਨ, ਤੇਰੀ ਜ਼ਮੀਰ ਜਾਗੇ, ਤੇਰਾ ਸਰੀਰ ਤੁਰਿਆ ਫਿਰਦਾ ਹੈ, ਜ਼ਮੀਰ ਤੇਰੀ ਸੁੱਤੀ ਪਈ ਹੈ, ਤੇ ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਜਿਉਂਦਾ ਹੀ ਨਹੀਂ ਸਮਝਦਾ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜਿਉਂਦਾ ਹੀ ਉਹ ਆ ਜਿਹਦੀ ਜ਼ਮੀਰ ਜਾਗਦੀ ਹੈ। ਤੇ ਧਿਆਨ ਦੇਣਾ, ਸਰੀਰ ਦਾ ਸਵਾਸ ਗੁਰਮੰਤਰ ਹੈ, ਸਰੀਰ ਦਾ ਸਵਾਸ ਹੈ ਹਵਾ ਸਾ, ਤੇ ਜ਼ਮੀਰ ਦਾ ਸਵਾਸ ਹੈ ਗੁਰਮੰਤਰ। ਸਾਹ ਰੁਕ ਗਿਆ, ਸਰੀਰ ਮੁਰਦਾ, ਤੇ ਗੁਰਮੰਤਰ ਰੁਕ ਗਿਆ, ਜ਼ਮੀਰ ਮੁਰਦਾ। ਸਾਹ ਰੁਕ ਗਿਆ, ਸਰੀਰ ਮੁਰਦਾ, ਗੁਰਮੰਤਰ ਜਿਹਦਾ ਰੁਕ ਗਿਆ, ਨਿਤਨੇਮ ਰੁਕ ਗਿਆ, ਸਿਮਰਨ ਰੁਕ ਗਿਆ, ਉਹਦੀ ਜ਼ਮੀਰ ਮੁਰਦਾ ਹੋ ਜਾਂਦੀ ਹੈ। ਕਦੇ ਵੀ ਉਹ ਤਕੜਾ ਫੈਸਲਾ ਨਹੀਂ ਲੈ ਸਕਦਾ, ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਕਰੀ ਜਾਏ, ਜਿੱਦਣ ਸ਼ਹੀਦ ਹੋਣ ਦੀ ਵਾਰੀ ਆਈ, ਉਹੀ ਅੱਗੇ ਆਉਣਗੇ ਜਿਨ੍ਹਾਂ ਦੀ ਜ਼ਮੀਰ ਜਿਉਂਦੀ ਹੈ। ਆਤਮਕ ਜੇਤੂ ਸੂਰਮੇ ਜਿਹੜੇ ਨੇ, ਉਹ ਮੈਦਾਨੇ ਜੰਗਾਂ 'ਚ ਜੂਝੇ ਨੇ, ਕਦੇ ਵੀ ਜਿਨ੍ਹਾਂ ਨੇ ਜੰਗ ਕੀਤੇ ਨੇ, ਕਦੇ ਵੀ ਜਿਹੜੇ ਸ਼ਹੀਦ ਹੋਏ ਆ, ਉਹ ਸਾਰੇ ਉਹ ਸਨ ਜਿਨ੍ਹਾਂ ਦੀ ਜ਼ਮੀਰ ਜਾਗਦੀ ਸੀ। ਜਿੰਨਾ ਚਿਰ ਜ਼ਮੀਰ ਨਾ ਜਾਗੇ, ਉਹਨਾਂ ਚਿਰ ਲੜਿਆ ਨਹੀਂ ਜਾਂਦਾ, ਉਹਨਾਂ ਚਿਰ ਅੜਿਆ ਨਹੀਂ ਜਾਂਦਾ, ਉਹਨਾਂ ਚਿਰ ਜੰਗਾਂ 'ਚ ਖੜਿਆ ਨਹੀਂ ਜਾਂਦਾ। ਆਤਮਕ ਜੇਤੂ ਬਣਨਾ ਜ਼ਰੂਰੀ ਹੈ, ਜ਼ਮੀਰ ਜਗਾਉਣੀ ਜ਼ਰੂਰੀ ਹੈ। ਤੇ ਜੇ ਸਿਮਰਨ ਰੁਕ ਗਿਆ, ਭਜਨ ਰੁਕ ਗਿਆ, ਨਿਤਨੇਮ ਰੁਕ ਗਿਆ, ਤੇ ਲੱਖ ਰੌਲਾ ਪਾਈ ਜਾ, ਤਕੜਾ ਹੋ ਕੇ ਤੁਰਿਆ ਫਿਰ, ਪਰ ਅਸਲ ਵਿੱਚ ਤੇਰੀ ਜ਼ਮੀਰ ਮਰ ਚੁੱਕੀ ਹੈ। ਜੇ ਜ਼ਮੀਰ ਜਿਉਂਦੀ ਹੈ ਤੇ ਤੂੰ ਨਿਤਨੇਮੀ ਹੋਏਗਾ, ਜੇ ਜ਼ਮੀਰ ਜਿਉਂਦੀ ਹੈ ਤੇ ਵਾਹਿਗੁਰੂ ਕਰਦਾ ਹੋਏਗਾ, ਨਹੀਂ ਕਰਦਾ ਤੇ ਮਰਿਆ ਹੋਇਆ। ਨਹੀਂ ਤੇ ਜ਼ਮੀਰ ਜਗਾਈਏ, ਜਾਗ ਸਕਦੀ ਹੈ, ਸਾਹ ਨਹੀਂ ਮੁੜਦੇ, ਪਰ ਗੁਰਮੰਤਰ ਮੁੜ ਆਉਂਦਾ ਹੈ। ਧਿਆਨ ਦੇਣਾ ਗੁਰਮੁਖੋ, ਜਿਵੇਂ ਮੈਂ ਅਰਜ ਕਰਦਾ ਹੁੰਦਾ ਹੈ ਵੀ ਲੱਕੜੀ ਪੈਦਾ ਹੋਈ ਸਿੱਧੀ, ਹਰ ਲੱਕੜੀ ਸਿੱਧੀ ਪੈਦਾ ਹੁੰਦੀ, ਜਦੋਂ ਕੋਈ ਸਾਹ ਰਗ ਫੁੱਟਦੀ ਹੈ, ਕਰੂੰਬਲਾਂ ਫੁੱਟਦੀਆਂ ਨੇ, ਜਦੋਂ ਵੀ ਕੋਈ ਦਰਖਤ ਚੋਂ ਟਾਹਣੀ ਪੈਦਾ ਹੋਏਗੀ, ਸਿੱਧੀ ਪੈਦਾ ਹੋਏਗੀ। ਜੇ ਉਹਦੀ ਬਦਕਿਸਮਤੀ ਹੋਈ ਤੇ ਵਲ ਪੈ ਜਾਣਗੇ, ਜੇ ਸਿੱਧੀ ਜਾਏਗੀ ਤੇ ਕਦਰ ਫਿਰ ਪਏਗੀ। ਜੇ ਸਿੱਧੀ ਪੈਦਾ ਹੋਈ ਲੱਕੜੀ ਸਿੱਧੀ 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 ਜਾਏ, ਤੇ ਕਾਰੀਗਰ ਕਹਿੰਦੇ ਨੇ ਇਹ ਲੱਕੜੀ, ਇਹ ਟਾਣ, ਇਹਦਾ ਫਰਨੀਚਰ ਬਣੇਗਾ, ਇਹਦੇ ਤਖਤੇ ਬਣਨਗੇ, ਇਹਦੇ ਇਹਦਾ ਟੇਬਲ ਬਣੇਗਾ, ਇਹਦੇ ਬੈੱਡ ਬਣ ਜਾਣਗੇ, ਕਿਉਂਕਿ ਸਿੱਧੀ ਲੱਕੜ ਦੀ ਕੀਮਤ ਹੈ। ਜੇ ਵਲ ਇੱਕ ਅੱਧਾ ਹੋਵੇ ਤੇ ਮਿਸਤਰੀ ਕਹਿੰਦੇ ਨੇ ਕੀਮਤ ਘੱਟ ਹੈ, ਪਰ ਪਏਗੀ ਜ਼ਰੂਰ। ਜੇ ਵਲ ਬਹੁਤੇ ਪੈ ਜਾਣ ਤੇ ਕਾਰੀਗਰ ਕਹਿੰਦਾ ਹੈ ਤੇ ਬਾਲਣ ਦੇ ਕੰਮ ਆਉਣੀ, ਇਹਦਾ ਕੁਝ ਨਹੀਂ ਵੱਟਿਆ ਜਾਣਾ। ਕੀਮਤ ਉਸ ਲੱਕੜੀ ਦੀ ਹੈ ਜਿਹਦੇ 'ਚ ਵਲ ਨਾ ਹੋਵੇ। ਪੈਦਾ ਸਾਰੇ ਅਸੀਂ ਵੀ ਸਿੱਧੇ ਹੋਏ ਹਾਂ, ਲੱਕੜੀ ਜਿਵੇਂ ਸਿੱਧੀ ਪੈਦਾ ਹੁੰਦੀ ਹੈ, ਪਰ ਵਲ ਬਾਅਦ 'ਚ ਪੈਂਦੇ ਨੇ, ਸਾਡੇ 'ਚ ਵੀ ਬਾਅਦ 'ਚ ਵਲ ਪਏ ਨੇ। ਜੰਮੇ ਅਸੀਂ ਇੱਦਾਂ ਦੇ ਨਹੀਂ ਸਾਂ, ਜੰਮੇ ਤੇ ਸਾਰੇ ਹੀ ਬ੍ਰਹਮ ਗਿਆਨੀ ਸਾਂ, ਜੰਮੇ ਤੇ ਸਾਰੇ ਹੀ ਸਾਧੂ ਸਾਂ, ਜੰਮੇ ਤੇ ਸਾਰੇ ਹੀ ਕਿਰਪਾ ਸੀ, ਪਰ ਵਲ ਬਾਅਦ 'ਚ ਪੈ ਗਏ ਨੇ। ਹੌਲੀ ਹੌਲੀ ਕੁਝ ਮਾਂ ਤੋਂ ਸਿੱਖ ਲਿਆ ਵੀ ਇਹਦੇ ਨਾਲ ਬੋਲੀ ਨਾ, ਇਹਦੇ ਨਾਲ ਗੱਲ ਨਾ ਕਰੀ, ਪਿਓ ਤੋਂ ਸਿੱਖ ਲਿਆ ਵੀ ਇਹ ਆਪਣਾ ਦੁਸ਼ਮਣ ਹੈ,
ਕੁਝ ਦੁਨੀਆਂ ਤੋਂ ਸਿੱਖਿਆ, ਭਰਾਵਾਂ ਤੋਂ ਸਿੱਖਿਆ, ਬਾਹਰ ਗਏ, ਜਿਵੇਂ ਜਿਵੇਂ ਸੰਸਾਰ 'ਚ ਗਏ ਉਵੇਂ ਉਵੇਂ ਬੁੱਧੀ ਵੱਧਦੀ ਗਈ, ਵਿਕਸਿਤ ਹੁੰਦੀ ਗਈ, ਦੁਸ਼ਮਣੀਆਂ ਬਣ ਗਈਆਂ, ਆਹ ਬਗਾਨਾ ਆਪਣਾ ਵਲ ਪੈ ਗਏ, ਨਸ਼ੇ ਐਬ ਐਬਾਂ ਵਿੱਚ ਪੈ ਗਏ, ਵਿਕਾਰਾਂ ਵਿੱਚ ਪੈ ਗਏ, ਵਲ ਪੈ ਗਏ, ਇੰਨੇ ਵਲ ਪੈ ਜਾਂਦੇ ਨੇ। ਜਿਹੜਾ ਬੰਦਾ ਪੈਦਾ ਸਿੱਧਾ ਹੋਇਆ, ਸਿੱਧਾ ਹੀ ਜੰਮੇ, ਸਿੱਧਾ ਪੈਦਾ ਹੋਇਆ, ਉਵੇਂ ਜਿਵੇਂ ਆਪਣੀ ਸਾਰੀ ਜ਼ਿੰਦਗੀ ਲੰਘਾ ਦੇਵੇ, ਜਿਵੇਂ ਲੱਕੜੀ ਕਿਸੇ ਦੇ ਘਰ ਦਾ ਸ਼ਿੰਗਾਰ ਬਣ ਜਾਏਗੀ, ਜੇ ਸਿੱਧੀ ਜਾਏਗੀ, ਸਿੱਧਾ ਜਾਏਗਾ ਤੇ ਪੰਥ ਦਾ ਸ਼ਿੰਗਾਰ ਬਣ ਜਾਏਗਾ, ਵਲ ਨਾ ਹੋਣਗੇ। ਤੇ ਜੇ ਵਲ ਪੈ ਜਾਣਗੇ ਓਨੀ ਤੇਰੀ ਕੀਮਤ ਘੱਟ ਜਾਣੀ ਹੈ। ਲੱਕੜ ਤੇ ਬਾਲਣ ਦੇ ਕੰਮ ਵੀ ਆ ਜਾਣੀ, ਅਸੀਂ ਤੇ ਬਾਲਣ ਦੇ ਕੰਮ ਵੀ ਨਹੀਂ ਆਉਣਾ, ਲੱਕੜ ਤੇ ਬਾਲਣ ਦੇ ਕੰਮ ਵੀ ਆ ਜਾਂਦੀ ਹੈ। ਪਰ ਜਿੰਨੇ ਵਲ ਜ਼ਿਆਦਾ ਓਨੀ ਕੀਮਤ ਘੱਟ। ਕੀਮਤ ਕੀ ਆ? ਜਿਹੜੇ ਬੰਦੇ 'ਚ ਬਹੁਤੇ ਵਲ ਨੇ, ਘਰ ਵਾਲੀ ਕੀ ਘਰ ਕੋਲ ਕਿੱਥੇ ਗਿਆ, ਇੱਥੇ ਹੀ ਧੱਕੇ ਖਾਂਦਾ ਫਿੰਦ ਫਿਰਦਾ ਹੋਣਾ, ਮੋਹਰਾ ਪੀ ਲਿਆ ਹੋਊ ਉਹਨੇ ਹੁਣੇ, ਇਹ ਕਹਿਣਗੀਆਂ ਬੀਬੀਆਂ। ਘਰ 'ਚ ਵੀ ਕਦਰ ਨਹੀਂ, ਧਿਆਨ ਦਿਓ ਗੁਰਮੁਖੋ, ਧਿਆਨ ਦਿਓ, ਘਰ 'ਚ ਵੀ ਕਦਰ ਨਹੀਂ, ਬੱਚੇ ਕਦਰ ਨਹੀਂ ਕਰਦੇ, ਪਰਿਵਾਰ ਕਦਰ ਨਹੀਂ ਕਰਦਾ, ਹੋਰ ਤੇ ਕੀ। ਆਪਣੇ ਪੁੱਤ ਦੀਆਂ ਅੱਖਾਂ 'ਚ ਜੇ ਅੱਖਾਂ ਪਾ ਕੇ ਨਹੀਂ ਤੂੰ ਵੇਖ ਸਕਦਾ, ਇਦੂ ਮਾਡੇ ਕਰਮ ਹੋਰ ਕੀ ਹੋਣ। ਸ਼ੀਸ਼ੇ 'ਚ ਖਲੋ ਕੇ ਆਪਣੀ ਅੱਖ 'ਚ ਅੱਖਾਂ ਨਾ ਪੈਣ, ਆਪਣੀਆਂ ਅੱਖਾਂ 'ਚ ਅੱਖਾਂ ਨਾ ਪਾ ਕੇ ਵੇਖ ਸਕੀਏ, ਜ਼ਮੀਰ ਮਰੀ ਹੋਈ, ਇੰਨਾ ਵੀ ਜੀਵਨ ਗਿਰ ਜਾਂਦਾ ਕਈ ਵਾਰੀ, ਇੰਨਾ ਗਿਰ ਜਾਂਦਾ ਜੀਵਨ। ਤੇ ਗੁਰਮੁਖੋ, ਸਿੱਧਾ ਜਿਹੜਾ ਜਾਏ ਕਦਰ ਉਹਦੀ ਹੈ, ਜਿੰਨੇ ਵਲ ਪੈ ਜਾਣਗੇ ਓਨੀ ਤੇਰੀ ਕਦਰ ਘੱਟ ਜਾਣੀ ਹੈ। ਪਰ ਇੱਕ ਗੱਲ ਕਮਾਲ ਦੀ, ਜਿਵੇਂ ਸਾਹ ਨਹੀਂ ਮੁੜਦੇ ਗੁਰਮੰਤਰ ਮੁੜ ਆਉਂਦਾ ਹੈ, ਇਸੇ ਤਰ੍ਹਾਂ ਜਿਵੇਂ ਗੁਰਮੁਖੋ ਲੱਕੜੀ ਹੈ ਨਾ ਜਿਹੜੀ, ਉਹਨੂੰ ਖਿੱਚ ਕੇ ਕੋਈ ਵੀ ਕਾਰੀਗਰ ਸਿੱਧੀ ਨਹੀਂ ਕਰ ਸਕਦਾ। ਵੀ ਲੱਕੜੀ ਫੜੇ ਤੇ ਆਖੇ ਇਧਰੋਂ ਫੜ, ਤੂੰ ਇਧਰੋਂ ਮੈਂ ਫੜਨਾ, ਤੈਨੂੰ ਖਿੱਚਣ ਤੇ ਲੱਕੜ ਸਿੱਧੀ ਹੋ ਜਾਏ, ਇਹ ਨਹੀਂ ਹੋ ਸਕਦਾ। ਜੇ ਵਲ ਪੈ ਗਏ, ਜ਼ਿਆਦਾ ਵਲ ਨੇ, ਤੇ ਉਸ ਲੱਕੜ ਦੀ ਕੋਈ ਕੀਮਤ ਨਹੀਂ ਪਏਗੀ, ਬਹੁਤ ਘੱਟ ਕੀਮਤ ਪਏਗੀ, ਮਾੜੀ ਮੋਟੀ ਜਿੰਨੇ ਵਲ ਘੱਟ ਨੇ ਓਨੀ ਕੁ ਕੀਮਤ ਪਏਗੀ। ਪਰ ਕੋਈ ਵੀ ਕਾਰੀਗਰ ਖਿੱਚ ਕੇ ਲੱਕੜ ਸਿੱਧੀ ਨਹੀਂ ਕਰ ਸਕਦਾ। ਪਰ ਇੱਥੇ ਸਤਿਗੁਰੂ ਇਹੋ ਜਿਹੇ ਕਾਰੀਗਰ ਨੇ, ਜਿੰਨੇ ਮਰਜ਼ੀ ਵਲ ਪਏ ਹੋਣ, ਖਿੱਚ ਕੇ ਸਿੱਧਾ ਵੀ ਕਰ ਦਿੰਦੇ ਨੇ। ਆਖੋ ਸਤਨਾਮ। ਵਾਹਿਗੁਰੂ ਬੜੇ ਨੇ, ਬੜੇ ਗੁਰਮੁਖ ਇਦਾਂ ਦੇ ਵੇਖੀਦੇ ਨੇ। ਮੈਂ ਦੋ ਪਾਠ ਕਰਨਾ ਸੁਖਮਨੀ ਸਾਹਿਬ ਦੇ, ਪਰ ਦੋ ਬੋਤਲਾਂ ਪੀ ਜਾਂਦਾ ਸਾਂ, ਇਦਾਂ ਦੇ ਮਿਲਦੇ। ਮੈਂ ਬਹੁਤ ਖਾਂਦਾ ਪੀਂਦਾ ਸਾਂ, ਜੀਵਨ ਬਰਬਾਦ ਸੀ, ਪਰ ਅੱਜ ਮੇਰੇ ਤੇ ਮੇਰੇ ਮਾਲਕ ਦੀ ਕਿਰਪਾ ਹੋ ਗਈ, ਮੈਨੂੰ ਮਾਲਕ ਨੇ ਸਿੱਧਿਆਂ ਕਰ ਦਿੱਤਾ ਹੈ। ਤੇ ਜੇ ਸਾਈ ਸਿੱਧੇ ਹੋ ਜਾਈਏ, ਤੇ ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੈ ਤਿਸ ਮਾਹੇ। ਕਹਿੰਦੇ ਸੰਸਾਰ ਕਾਲਖ ਦੀ ਕੋਠੀ ਹੈ, ਕੋਠਰੀ ਕਾਲਖ ਦੀ ਕੋਠੀ ਹੈ ਸੰਸਾਰ, ਤੇ ਜਿਹੜਾ ਇਹਦੇ ਵਿੱਚ ਆਇਆ ਨਾ ਮਨੁੱਖ, ਉਹ ਅੰਨਾ ਹੈ, ਨੇਤਰਹੀਣ ਹੈ। ਕਿਉਂਕਿ ਗਿਆਨ ਗੁਰੂ ਤੋਂ ਮਿਲ ਜਾਏ ਤੇ ਅੱਖਾਂ ਮਿਲ ਜਾਂਦੀਆਂ, ਨਹੀਂ ਤੇ ਨੇਤਰਹੀਣ ਹੈ। ਕਹਿੰਦੇ ਨੇਤਰਹੀਣ ਬੰਦਾ ਕਾਲਖ ਦੀ ਕੋਠੀ 'ਚ ਵੜ ਜਾਏ, ਪਰ ਬਲਿਹਾਰੇ ਜਾਈਏ 70 ਸਾਲ 80 ਸਾਲ 50 ਸਾਲ ਰਹਿ ਜਾਏ ਕੋਠੀ 'ਚ, ਤੇ ਬੇਦਾਗ ਹੀ ਮੁੜ ਜਾਏ। ਆਖੋ ਸਤਨਾਮ। ਵੇਖੋ ਗੁਰਮੁਖੋ, ਜੇ ਨੇਤਰਹੀਣ ਬੰਦੇ ਨੂੰ ਕਿਸੇ ਕਾਲਖ ਦੀ ਕੋਠੀ 'ਚ ਵਾੜ ਦਈਏ ਤੇ ਕਈ ਸਾਲਾਂ ਬਾਅਦ ਕੱਢੀਏ ਤੇ ਦਾਗ ਲੱਗਾ ਹੀ ਨਾ ਹੋਵੇ, ਤੇ ਕਮਾਲ ਦੀ ਬਾਤ ਨਹੀਂ? ਭਾਈ ਭਗਤ ਕਬੀਰ ਸਾਹਿਬ ਕਹਿੰਦੇ ਨੇ, ਹੋਮ ਬਲਿਹਾਲ ਬਲਿਹਾਰੀ ਤਿੰਨ ਕੋ, ਉਹਨਾਂ ਤੋਂ ਮੈਂ ਬਲਿਹਾਰੇ ਜਾਵਾਂ, ਪੈਸ ਜੋ ਨਿਕਸ ਜਾਹੇ। ਕਹਿੰਦੇ ਦੁਨੀਆਂ 'ਚ ਆ ਕੇ ਬੇਦਾਗ ਚਲੇ ਆਏ। ਬਾਜਾਂ ਵਾਲੇ ਵਹਿੰਦੇ ਹੀ ਹੋਣਗੇ, ਆ ਜਾ ਪੁੱਤਰਾ, ਇੰਨੇ ਵਿਕਾਰ ਸਨ ਫਿਰ ਵੀ ਬਚ ਗਿਆ ਤੂੰ, ਤੂੰ ਜਤੀ ਸਤੀ ਰਿਹਾ,
ਇੰਨੇ ਵਕਾਰ ਸਨ, ਤੂੰ ਏਕਾ ਨਾਰੀ ਜਤੀ ਹੋਏ, ਇੰਨਾ ਜੀਵਨ ਬਣਾ ਕੇ ਰੱਖਿਆ, ਤੂੰ ਪਤਨੀ ਵਰਤਾ ਧਰਮ ਚ ਕਾਇਮ ਰਿਹਾ, ਤੂੰ ਪਤੀ ਵਰਤਾ ਧਰਮ ਚ ਕਾਇਮ ਰਹੀ। ਪੁੱਛਣਗੇ ਮਹਾਰਾਜ ਇੱਕ ਦਿਨ, ਉਹ ਧੰਨ ਭਾਗ ਦੋ ਨੰਬਰ ਦਾ ਪੈਸਾ ਠੱਗੀਆਂ ਤੋਂ ਬਚ ਕੇ ਆ ਗਿਆ ਤੂੰ, ਇੰਨੀ ਕਲਖ ਵਿੱਚੋਂ ਤੂੰ ਬਚ ਕੇ ਕਿਵੇਂ ਆ ਗਿਆ? ਹਾਂ ਬਲਿਹਾਰੀ ਤਿੰਨ ਕੋ ਬਲਿਹਾਰ ਬਚ ਜਾਣਾ, ਇਹ ਬੜੀ ਔਖੀ ਗੱਲ ਹੈ ਬਹੁਤ ਅੱਜ ਦੇ ਸਮੇਂ ਚ। ਇੰਨੀ ਕਲਖ ਹੋਵੇ ਆਲੇ ਦੁਆਲੇ ਤੇ ਫਿਰ ਵੀ ਬੇਦਾਗ ਆਪਣਾ ਦਮ ਨੂੰ ਸਾਫ਼ ਰਵੇ, ਉੱਜਲ ਰਵੇ, ਇਹ ਬਹੁਤ ਮੁਸ਼ਕਲ ਗੱਲ ਹੈ, ਬੜੀ ਔਖੀ ਗੱਲ ਹੈ। ਤੇ ਧੰਨ ਭਾਗ ਨੇ ਉਹਨਾਂ ਦੇ ਉੱਚੇ ਜੀਵਨ ਨੇ ਜਿਹੜੇ ਬਚੇ ਹੋਏ ਨੇ, ਨਹੀਂ ਤੇ ਅੱਜ ਦੇ ਸਮੇਂ ਚ ਕਹਿੰਦੇ ਨੇ ਇੱਕ ਦੇਸ਼ ਵਿੱਚ ਮੀਂਹ ਨਾ ਪਿਆ ਤੇ ਰਾਜਾ ਇੱਕ ਮਹਾਤਮਾ ਨੂੰ ਪੁੱਛਦਾ, ਕਹਿੰਦਾ ਮਹਾਂਪੁਰਸ਼ੋ ਜਨਤਾ ਪਿਆਸੀ ਮਰ ਰਹੀ ਹੈ ਤੇ ਮੀਂਹ ਪੈਣ ਦਾ ਕੋਈ ਉਪਾਅ ਹੈ? ਕਹਿੰਦੇ ਅਰਦਾਸ ਕਰ ਦਿੰਦੇ ਆ, ਬੇਟਾਈਮਾ ਮੀਂਹ ਪਏਗਾ, ਜਿਹੜਾ ਪੀਏਗਾ ਉਹ ਪਾਗਲ ਹੋ ਜਾਏਗਾ। ਉਹ ਕਹਿੰਦਾ ਮੀਂਹ ਦਾ ਕੀ ਫਾਇਦਾ ਜੇ ਜਿਹਨੇ ਪਾਣੀ ਪੀਣਾ ਪਾਗਲ ਹੋ ਜਾਣਾ। ਉਹਨੇ ਵਜ਼ੀਰ ਨਾਲ ਸਲਾਹ ਕੀਤੀ, ਕਹਿੰਦੇ ਕੀ ਕਰੀਏ? ਕਹਿੰਦੇ ਅਰਦਾਸ ਕਰਾ ਲਓ, ਕਹਿੰਦੇ ਜਿਹੜਾ ਪੀਏਗਾ ਉਹ ਜਨਤਾ ਪਾਗਲ ਹੋ ਜਾਏਗੀ। ਕਹਿੰਦੇ ਆਪਾਂ ਦੋਵੇਂ ਨਾ ਪੀਆਂਗੇ, ਆਪਣੇ ਜੋਗਾ ਪਾਣੀ ਤੇ ਹੈ, ਉਹ ਪਾਗਲ ਹੋਣਗੇ, ਦੁਨੀਆ ਹੋਏਗੀ, ਕੋਈ ਨੀ, ਆਪਾਂ ਮੀਂਹ ਪਵਾਓ, ਮੀਂਹ ਬਿਨਾ ਨਹੀਂ ਸਰਨਾ, ਪਾਗਲ ਹੋ ਜਾਣਗੇ ਕੋਈ ਨੀ। ਕਹਿੰਦੇ ਕਿ ਮੀਂਹ ਪਵਾ ਲਿਆ, ਜਿਹੜਾ ਪਾਣੀ ਪੀਏ ਪਾਗਲ, ਜਿਹੜਾ ਪਾਣੀ ਪੀਏ ਪਾਗਲ, ਸਾਰੀ ਜਨਤਾ ਪਾਗਲ, ਇਹ ਦੋਵੇਂ ਬਚ ਗਏ, ਦੋਵੇਂ ਸਿਆਣੇ। ਹੁਣ ਕਮਲਾ ਹੋਵੇ ਇੱਕ ਸਮਝਾਵੇ ਵਿਹੜਾ, ਜੇ ਕਮਲਾ ਹੀ ਹੋ ਜਾਏ ਵਿਹੜਾ ਤੇ ਸਮਝਾਵੇ ਕਿਹੜਾ? ਜੇ ਸਾਰੇ ਹੀ ਕਮਲੇ ਹੋਣ ਤੇ ਉਹਨਾਂ ਨੂੰ ਤੇ ਦੋ, ਹੁਣ ਤੁਸੀਂ ਪਾਗਲਖਾਨੇ 'ਚ ਜਾਓ, ਉਹ ਕਹਿਣਗੇ ਇਹ ਪਾਗਲ ਆਇਆ, ਉਹ ਸਾਰੇ ਕਹਿਣਗੇ ਅਸੀਂ ਸਿਆਣੇ ਆ, ਇਹ ਪਾਗਲ ਹੈ ਵਿੱਚ ਸਾਡੇ, ਪਾਗਲ ਆਪਣੇ ਆਪ ਨੂੰ ਪਾਗਲ ਥੋੜ੍ਹਾ ਸਮਝਦੇ ਨੇ। ਉਹਨਾਂ ਨੇ ਸਾਰਿਆਂ ਨੇ ਸੋਚਿਆ, ਕਹਿੰਦੇ ਓਏ ਆਪਾਂ ਸਾਰੇ ਠੀਕ ਆ, ਇਹ ਰਾਜਾ ਤੇ ਵਜ਼ੀਰ ਪਾਗਲ ਨੇ ਦੋਵੇਂ, ਇਹਨਾਂ ਨੂੰ ਮਾਰੋ। ਜਦੋਂ ਮਾਰਨ ਆ ਗਏ ਚੜ੍ਹ ਕੇ ਤੇ ਰਾਜਾ ਕਹਿੰਦਾ ਵੀ ਵਜ਼ੀਰ ਸਾਹਿਬ ਤੇਰੀ ਸਲਾਹ ਤੇ ਫਿੱਟ ਨਹੀਂ ਆਈ। ਇਹ ਸਲਾਹ ਦੇਣ ਵਾਲੇ ਵੀ ਖਤਰਨਾਕ ਹੁੰਦੇ ਨੇ ਬੜੇ, ਸਲਾਹ ਗਲਤ ਦੇਣ ਵਾਲੇ ਇਹ ਜ਼ਿਆਦਾ ਖਤਰਨਾਕ ਹੁੰਦੇ ਨੇ। ਤੇ ਉਹ ਸਲਾਹ ਅਖੇ ਤੇਰੀ ਸਲਾਹ ਫਿੱਟ ਨਹੀਂ ਆਈ, ਰਾਜੇ ਨੂੰ ਪੁੱਛਿਆ। ਰਾਜਾ ਕਹਿੰਦਾ ਦੱਸ ਵੀ ਹੁਣ। ਉਹ ਕਹਿੰਦਾ ਜੀ ਹੁਣ ਤੇ ਇੱਕੋ ਹੀ ਤਰੀਕਾ ਕਿ ਮੀਂਹ ਵਾਲਾ ਪਾਣੀ ਆਪਾਂ ਵੀ ਪੀ ਲਓ, ਦੋਵੇਂ ਜਣੇ ਇਹਨਾਂ 'ਚ ਰਲ ਜਾਓ ਫਿਰ ਬਚ ਜਾਂਗੇ, ਉਦਾਂ ਬਚਣ ਦਾ ਕੋਈ ਉਪਾਅ ਨਹੀਂ, ਇਹ ਸੱਚ ਹੈ। ਅੱਜ ਕੱਲ੍ਹ ਮੀਂਹ ਵਾਲਾ ਪਾਣੀ ਸਾਰੇ ਹੀ ਪੀ ਵੀ ਫਿਰਦੇ ਨੇ, ਵੀ ਹੁਣ ਹੋਰ ਕੋਈ ਤਰੀਕਾ ਨਹੀਂ। ਬੇਦਾਗ ਸ਼ਖਸੀਅਤ ਕੋਈ ਕੋਈ ਲੱਭਦੀ, ਕੋਈ ਕੋਈ ਲੱਭਦਾ, ਭਾਵੇਂ ਕਿਸੇ ਰਾਜਨੀਤਿਕ ਪਾਸੇ ਵੇਖ ਲਓ, ਜਿਹੜੇ ਪਾਸੇ ਵੀ ਵੇਖੋਗੇ ਕੋਈ ਕੋਈ ਬੇਦਾਗ ਆ। ਅਗਲਾ ਕਹਿੰਦਾ ਉਹਨੇ ਮੀਂਹ ਵਾਲਾ ਪਾਣੀ ਪੀ ਲਿਆ, ਉਹਨੇ ਕਰੋੜਾਂ ਦੀ ਜਾਇਦਾਦ ਬਣਾ ਲਈ, ਮੈਂ ਕਿਉਂ ਪਿੱਛੇ ਰਹਿ ਜਾ? ਅਸੀਂ ਵੇਖੇ ਨੇ ਬੜੇ, ਫਲਾਣੇ ਥਾਂ ਤੇ ਕੰਮ ਕਰਾਇਆ ਜੀ, ਬੜੇ ਤਰਲੇ ਲਏ ਜੀ, ਉਹ ਤੇ ਬੜਾ ਕੰਜਰ ਬੰਦਾ ਜੀ, ਉਹ ਤੇ ਮੰਨਦੇ ਹੀ ਨਹੀਂ, ਉਹ ਤੇ ਦੋ, ਉਹ ਤੇ ਪੈਸੇ ਲੈਂਦੇ ਹੀ ਨਹੀਂ, ਰਿਸ਼ਵਤ ਵੀ ਦਿੱਤੀ ਲੈਂਦੇ ਹੀ ਨਹੀਂ ਰਿਸ਼ਵਤ, ਉਹਨੂੰ ਮਾੜਾ ਕਹਿਣਗੇ ਲੋਕ। ਜਿਹੜਾ ਆਫਿਸਰ ਰਿਸ਼ਵਤ ਨਾ ਲਵੇ ਕਹਿਣਗੇ ਖਰਾਬ ਬੰਦਾ ਜੀ, ਇਹ ਰਿਸ਼ਵਤ ਨਹੀਂ ਲੈਂਦਾ, ਉਹਨੂੰ ਚੰਗਾ ਨਹੀਂ ਕਹਿਣਗੇ, ਸਗੋਂ ਉਹਨੂੰ ਉਲਟਾ ਗਲਤ ਪ੍ਰਚਾਰ ਕਰਦੇ ਆ। ਇਸ ਕਰਕੇ ਗੁਰਮੁਖੋ ਕੋਈ ਕੋਈ ਬਚਿਆ ਹੋਇਆ ਹਰ ਪਾਸੇ ਆਪਾਂ ਵੇਖਦੇ ਹਾਂ, ਤੇ ਬਲਿਹਾਰੇ ਜਾਈਏ ਉਹਨਾਂ ਤੋਂ ਜਿਹੜੇ ਇਸ ਕਲਖ ਦੀ ਕੋਠੀ 'ਚ ਆ ਕੇ, ਇਸ ਸੰਸਾਰ 'ਚ ਆ ਕੇ ਬੇਦਾਗ ਚਲੇ ਜਾਣ, ਦਾਗ ਨਾ ਲੱਗੇ। ਉਹ ਤੇ ਕੋਈ ਕੋਈ ਹੈ ਜਿਹਦੇ ਤੇ ਸੱਚੇ ਪਾਤਸ਼ਾਹ ਦੀ ਬਹੁਤੀ ਕਿਰਪਾ ਹੈ, ਮਾਲਕ ਦੀ ਬਹੁਤੀ ਕਿਰਪਾ ਹੈ, ਨਹੀਂ ਤੇ ਬਚਣਾ ਬੜਾ ਔਖਾ ਹੈ। ਤੇ ਮੈਂ ਅਰਜ਼ ਕਰਦਾ ਸਾਂ ਕਿ ਲੱਕੜ ਤੇ ਨਹੀਂ ਖਿੱਚ ਕੇ ਸਿੱਧੀ ਕਰ ਸਕਦਾ ਕੋਈ, ਪਰ ਸਤਿਗੁਰੂ ਬੜਿਆਂ ਨੂੰ ਸਿੱਧਿਆਂ ਕਰ ਦਿੰਦੇ।
ਵੇਖੇ ਨੇ ਤੁਸੀਂ ਬੜੇ ਜਿਹੜੇ ਸਿੱਧੇ ਹੋ ਗਏ ਨੇ ਤੇ ਸੰਗਤ ਜੀ ਸਵਾਸ ਰੁਕ ਜਾਣ ਤੇ ਸਰੀਰ ਤੇ ਦੁਆਰਾ ਜਿੰਦਾ ਨਹੀਂ ਹੁੰਦਾ ਪਰ ਬੜਿਆਂ ਦੀ ਸੁੱਤੀ ਹੋਈ ਜ਼ਮੀਰ ਮੁਰਦਾ ਜ਼ਰੂਰ ਜਿੰਦਾ ਹੋ ਜਾਂਦੀ ਹੈ ਫਿਰ ਜਾਗ ਪੈਂਦੀ ਹੈ ਇੱਕ ਸੁਰਤ ਜਾਗਦੀ ਸੀ ਸਾਡੀ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦੇ ਮਾਤਾ ਦੇ ਉਧਰ ਵਿੱਚ ਤੇ ਲਿਵ ਲੱਗੀ ਹੋਈ ਸੀ ਸੁਰਤ ਜਾਗਦੀ ਸੀ ਪਰ ਜਦੋਂ ਸੰਸਾਰ ਚ ਆਏ ਹਾਂ ਫਿਰ ਟੁੱਟ ਗਈ ਆਪਾਂ ਪੜ੍ਹਦੇ ਹਾਂ ਵੀ ਗੁਰੂ ਨਾਨਕ ਸਾਹਿਬ ਜਦੋਂ ਸੰਸਾਰ ਚ ਆਏ ਹੱਸਦੇ ਆਏ ਦੌਲਤਾਂ ਦਾਈ ਕਹਿੰਦੀ ਹੈ ਕਲਿਆਣ ਦਾਸ ਮਹਿਤਾ ਜੀ ਮੈਂ ਮਾਇਆ ਲਵਾਂਗੀ ਮੈਂ ਇੰਨੇ ਪੈਸੇ ਲਵਾਂਗੀ ਜੇ ਪੁੱਤਰ ਹੋਇਆ ਮੈਂ ਇੰਨੇ ਸੂਟ ਲਵਾਂਗੀ ਤੇ ਜਦੋਂ ਗੁਰੂ ਨਾਨਕ ਸਾਹਿਬ ਆਏ ਉਹਨੇ ਪਹਿਲੇ ਦਰਸ਼ਨ ਦੌਲਤਾਂ ਨੇ ਕੀਤੇ ਬਾਹਰ ਆਈ ਮੁਸਕਰਾਉਂਦਿਆਂ ਨੂੰ ਵੇਖ ਕੇ ਕਲਿਆਣ ਦਾਸ ਜੀ ਪੁੱਤਰ ਹੋਇਆ ਵਧਾਈਆਂ ਦਿੱਤੀਆਂ ਲੈ ਸੂਟ ਲੈ ਮਾਇਆ ਲੈ ਦੱਸ ਕੀ ਚਾਹੀਦਾ ਹੈ ਦੌਲਤਾਂ ਕਹਿੰਦੀ ਕੁਛ ਨਹੀਂ ਚਾਹੀਦਾ ਕਿਉਂ ਕਹਿੰਦੇ ਜਿਹੜੀ ਦੌਲਤ ਮੈਨੂੰ ਤੁਹਾਡੇ ਪੁੱਤਰ ਨੇ ਦੇ ਦਿੱਤੀ ਇਹ ਦੌਲਤਾਂ ਦੁਨੀਆਂ ਦੀਆਂ ਦੌਲਤਾਂ ਇਹਦੇ ਮੁਕਾਬਲੇ ਕੁਛ ਨਹੀਂ ਮੈਂ ਰੋਂਦੇ ਵੇਖੇ ਨੇ ਬੱਚੇ ਪਰੇ ਹੱਸਦਾ ਹੱਸਦਾ ਦੁਨੀਆਂ ਚ ਆਇਆ ਐਸਾ ਤੇ ਬਾਲਕ ਹੀ ਨਹੀਂ ਵੇਖਿਆ ਕੋਈ ਹੱਸਦਾ ਹੁਣ ਇਹਦਾ ਕਾਰਨ ਕੀ ਹੈ ਕਿਉਂ ਗੁਰੂ ਨਾਨਕ ਸਾਹਿਬ ਹੱਸਦੇ ਆਏ ਕਿਉਂਕਿ ਰੋਂਦਾ ਉਹ ਹੈ ਜਿਹਦੀ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਗੁਰੂ ਨਾਨਕ ਤਾਂ ਨਹੀਂ ਰੋਏ ਉਹਨਾਂ ਦੀ ਲਿਵ ਟੁੱਟੀ ਨਹੀਂ ਸੀ ਮਾਇਆ ਦਾ ਅਸਰ ਹੀ ਨਹੀਂ ਸੀ ਹੋਇਆ ਲਿਵ ਟੁੱਟਦੀ ਤੇ ਰੋਂਦੇ ਲਿਵ ਟੁੱਟੀ ਨਹੀਂ ਇਸੇ ਕਰਕੇ ਰੋਏ ਨੇ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਆਏ ਤੇ ਦੌਲਤਾਂ ਕਹਿੰਦੀ ਮੈਂ ਤੁਸੀਂ ਕਹਿੰਦੇ ਹੋ ਮੈਨੂੰ ਮਾਇਆ ਦੇਣੀ ਹੈ ਮੇਰਾ ਤੇ ਜੀ ਕਰਦਾ ਜੋ ਮੇਰੇ ਕੋਲ ਹੈ ਮੈਂ ਤੁਹਾਡੇ ਲਾਲ ਦਿਆਂ ਚਰਨਾਂ ਤੇ ਰੱਖਦਿਆਂ ਅੱਜ ਮੇਰਾ ਅੱਜ ਜੀ ਕਰਦਾ ਮੈਂ ਤਨ ਮਨ ਵਾਰ ਦਿਆਂ ਆਪਣਾ ਐਸਾ ਪੁੱਤਰ ਤੁਹਾਡੇ ਘਰ ਵਿੱਚ ਪੈਦਾ ਹੋਇਆ ਹੈ ਕਲਿਆਣ ਦਾਸ ਮਹਿਤਾ ਜੀ ਨੂੰ ਆਖਿਆ ਤੁਹਾਡੇ ਘਰ ਵਿੱਚ ਦੁਨੀਆਂ ਦੀ ਕਲਿਆਣ ਕਰਨ ਵਾਲਾ ਆਇਆ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਜੀ ਸੰਸਾਰ ਨੂੰ ਤ੍ਰਿਪਤ ਕਰਨ ਵਾਲਾ ਲਾਲ ਤੁਹਾਡੇ ਘਰ ਵਿੱਚ ਪੈਦਾ ਹੋਇਆ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਏ ਤੇ ਦੌਲਤਾਂ ਕਹਿੰਦੀ ਆ ਕਲਿਆਣ ਦਾਸ ਜੀ ਮੇਰੀ ਇੱਛਾ ਹੈ ਵੀ ਜਦੋਂ ਵੀ ਮੈਂ ਦਰਸ਼ਨ ਕਰਨ ਆਵਾਂ ਮੈਨੂੰ ਦਰਸ਼ਨ ਕਰਨ ਤੋਂ ਨਾ ਰੋਕਿਓ ਹੋਰ ਮੈਂ ਤੁਹਾਡੇ ਤੋਂ ਕੁਛ ਨਹੀਂ ਮੰਗਦੀ ਇਹਦੇ ਇਹਦੀ ਦੀਦ ਕਰਦੇ ਰਹੀਏ ਦਰਸ਼ਨ ਕਰਦੇ ਰਹੀਏ ਤੇ ਗੁਰਮੁਖੋ ਮੈਂ ਅਰਜ ਕਰਦਾ ਸਾਂ ਕਿ ਲਿਵ ਟੁੱਟ ਗਈ ਹੈ ਇਸੇ ਕਰਕੇ ਅਸੀਂ ਦੁਖੀ ਹਾਂ ਲਿਵ ਜੁੜ ਜਾਏ ਜ਼ਮੀਰ ਜਾਗ ਪਵੇ ਸਿਮਰਨ ਕਰਕੇ ਆਪਣੇ ਆਪ ਨੂੰ ਜਗਾ ਲਈਏ ਜ਼ਮੀਰ ਜਾਗੇ ਫਿਰ ਰਸ ਬਣਨਾ ਹੈ ਫਿਰ ਆਨੰਦ ਆਉਣਾ ਹੈ ਤੇ ਦਰਬਾਰ ਸਾਹਿਬ ਐਸੀ ਧਰਤੀ ਹੈ ਜਿੱਥੇ ਜਨਮਾਂ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਪੈਂਦੀ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਸ਼ਾਹ ਕਾਲਾ ਹੋ ਗਿਆ ਕਹਿੰਦੇ ਨੇ ਮਨ ਜਨਮਾਂ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਖੰਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹੋ ਖੰਨਲੀ ਕੋਲੂ ਨੂੰ ਸਾਫ਼ ਕਰਨ ਵਾਲਾ ਜਿਹੜਾ ਕੱਪੜਾ ਹੈ ਸੌ ਵਾਰੀ ਧੋਈਏ ਭਾਵੇਂ ਉਹ ਸਾਫ਼ ਨਹੀਂ ਹੁੰਦਾ ਉਹ ਕੱਪੜਾ ਉਜਲ ਨਹੀਂ ਹੁੰਦਾ ਪਰ ਦਰਬਾਰ ਸਾਹਿਬ ਦੀ ਧਰਤੀ ਤੇ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾ ਕੇ ਪੰਜ ਦਿਨ ਸੱਤ ਦਿਨ ਸੇਵਾ ਕਰੀਏ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰੀਏ ਨਾ ਮਹਾਰਾਜ ਬੜਾ ਨਿਤਨੇਮ ਤੁਸੀਂ ਬਖਸ਼ਿਆ ਸੀ ਗਲਤੀਆਂ ਤੇ ਮੇਰੀਆਂ ਹੀ ਹੋਣਗੀਆਂ ਪਤਾ ਕਾਰਨ ਕੀ ਨਿਤਨੇਮ ਟੁੱਟਣ ਦਾ ਜਦੋਂ ਮਨ ਵਿੱਚ ਮਾਨ ਆ ਜਾ ਵੀ ਮੈਂ ਨਿਤਨੇਮ ਕਰਨਾ ਫਿਰ ਟੁੱਟ ਜਾਂਦਾ
ਜਦੋਂ ਅਸੀਂ ਇਹ ਕਹਿਣ ਲੱਗ ਜਾਂਦੇ ਹਾਂ ਤੁਸੀਂ 10 ਨੂੰ ਕਹੋ, ਕਈ ਏਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਰੋਟੀ ਨਹੀਂ ਹਜਮ ਹੁੰਦੀ ਜਿੰਨਾ ਚਿਰ 5-7 ਨੂੰ 10 ਨਾ ਲੈਣ, ਵੀ ਆਪਾਂ ਤੇ 3 ਵਜੇ ਉੱਠ ਪੈਂਦੇ ਹਾਂ, ਮੈਂ ਤੇ ਇੰਨਾ ਇਸ਼ਨਾਨ, ਅੰਨੇ ਬਹਾਨੇ ਉਹਨਾਂ ਨੇ ਦੱਸਣਾ ਹੁੰਦਾ ਵੀ ਮੈਂ ਇੰਨਾ ਪਾਠ ਕਰਦਾ, ਮੈਂ ਇੰਨਾ ਨਿਤਨੇਮ ਕਰਦਾ, ਮੈਂ ਇੰਨਾ ਭਜਨ ਕਰਦਾ। ਜਿਨ ਹਰ ਪਾਇਓ ਤਿੰਨ ਹੈ ਛਪਾਇਓ, ਜਿਨ੍ਹਾਂ ਜਿਨ੍ਹਾਂ ਨੇ ਪ੍ਰਾਪਤੀ ਕਰ ਲਈ ਹੈ ਉਹ ਛਪਾ ਕੇ ਰੱਖ ਦੇ, ਤੇ ਜਿੰਨਾ ਰੌਲਾ ਅਸੀਂ ਪਾਉਂਦੇ ਹਾਂ ਓਨੀ ਬਰਕਤ ਸਿਮਰਨ ਵਿੱਚੋਂ ਘੱਟ ਜਾਂਦੀ ਹੈ, ਉਹਨਾਂ ਆਨੰਦ ਖਰਾਬ ਹੋ ਜਾਂਦਾ। ਅਰਜੈ ਕਿ ਜਾ ਕੇ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ, ਭੁੱਲਾਂ ਗਲਤੀਆਂ ਮੇਰੀਆਂ ਹੀ ਹੋਣੀਆਂ ਨੇ, ਪਰ ਕਿਰਪਾ ਕਰੋ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕਦੋਂ। ਪਹਿਲਾਂ ਧਾਰਨਾ ਪੜ੍ਹੀ ਹੈ ਨਾ ਸ਼ੁਰੂ 'ਚ, ਕੁਝ ਨਹੀਂ ਮੰਗਦੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ ਰੇ ਜੀ, ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ, ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ, ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ, ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ, ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ, ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਤੇਰੇ ਚਰਨਾਂ ਦੀ, ਪ੍ਰੀਤੀ ਤੇਰੇ ਚਰਨਾਂ ਦੀ, ਤੇਰੇ ਚਰਨਾਂ ਦੀ, ਮਨ ਪ੍ਰੀਤ ਚਰਨ ਕਮਲਾ ਦੇ। ਦਰਬਾਰ ਸਾਹਿਬ ਐਸੀ ਧਰਤੀ ਹੈ ਜਿੱਥੇ ਜਾ ਕੇ ਸਿਮਰਨ ਕਰਨ ਵਾਲੇ ਅਭਿਆਸੀਆਂ ਨੂੰ ਸਾਧ ਸੰਗਤ ਇੰਨਾ ਆਨੰਦ ਆਉਂਦਾ। ਮੈਂ ਉੱਥੇ ਵੇਖੇ ਨੇ ਕਈ ਸੱਜਣ
ਵਿਦੇਸ਼ਾਂ ਚੋਂ ਆ ਕੇ ਕਈ ਕਈ ਮਹੀਨੇ ਰਹਿੰਦੇ ਨੇ, ਇਹਨਾਂ ਸਾਨੂੰ ਚਾਹ ਨਹੀਂ, ਬਿਲਕੁਲ ਨੇੜੇ ਹੈ ਅੰਮ੍ਰਿਤਸਰ, ਕੋਈ ਬਹੁਤਾ ਦੂਰ ਨਹੀਂ। ਸਾਡੇ ਪੂਰਵਜਾਂ ਨੇ, ਸਾਡੇ ਵੱਡਿਆਂ ਨੇ ਇਹ ਅੱਖਰ ਅਰਦਾਸ ਵਿੱਚ ਸ਼ਾਮਿਲ ਕੀਤੇ ਕਿ ਹੇ ਮੇਰੇ ਮਾਲਕਾ, ਜੇ ਜਿਉਂਦੇ ਰੱਖਣਾ ਤੇ ਅੰਮ੍ਰਿਤਸਰ ਤੋਂ ਦੂਰ ਨਾ ਰੱਖੀ, ਸਾਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ। ਤਾਂ ਉਹਨਾਂ ਨੇ ਲਿਖਿਆ, ਤਾਂ ਬੇਨਤੀਆਂ ਕਰਦੇ ਸੀ, ਕਿਉਂਕਿ ਦਰਸ਼ਨ ਹੁੰਦੇ ਨਹੀਂ ਸੀ, ਉਮਰਾਂ ਲੰਘ ਜਾਂਦੀਆਂ ਸੀ, ਕਿਉਂਕਿ ਸਾਧਨ ਨਹੀਂ ਸਨ। ਕਦੇ ਕਿਸੇ ਦਾ ਰਾਜ, ਕਦੇ ਕਿਸੇ ਦਾ ਰਾਜ, ਮੁਗਲਾਂ ਦਾ ਰਾਜ, ਗੋਰਿਆਂ ਦਾ ਰਾਜ ਨਹੀਂ ਸੀ ਅੰਮ੍ਰਿਤਸਰ ਜਾਣ ਦੀ ਇੰਨੀ ਖੁੱਲ। ਇਹ ਤੇ ਸਾਡੇ ਭਾਗ ਚੰਗੇ ਨੇ, ਸਵੇਰੇ ਤੁਰੋ, ਸ਼ਾਮ ਨੂੰ ਮੱਥਾ ਟੇਕ ਕੇ ਮੋੜ ਆਓ, ਸਵੇਰੇ ਤੁਰੋ, ਦਰਸ਼ਨ ਮੇਲੇ ਖੁੱਲੇ, ਇਹ ਤੇ ਸਾਡੇ ਭਾਗ ਚੰਗੇ ਨੇ, ਖੁੱਲੇ ਦਰਸ਼ਨ ਦੇ ਦਾਰ। ਤੇ ਉੱਥੇ ਜਾ ਕੇ ਜਿਹੜੀ ਦਾਤ ਮੰਗਣੀ ਉਹ ਮੰਗਣੀ ਚਾਹੀਦੀ, ਆਤਮਕ ਖੁਰਾਕ ਮਿਲੇ ਸਾਨੂੰ। ਡਾਕਟਰ ਇਕਬਾਲ ਸਿੰਘ ਜੀ ਨੇ, ਡਾਕਟਰ ਇਕਬਾਲ ਸਿੰਘ ਨੇ ਲਿਖਿਆ ਕਿ ਮੇਰਾ ਇੱਕ ਦੋਸਤ ਅੰਗਰੇਜ਼ ਅਮੈਰੀਕਾ ਤੋਂ ਮੈਨੂੰ ਮਿਲਣ ਵਾਸਤੇ ਆਇਆ। ਡਾਕਟਰ ਇਕਬਾਲ ਸਿੰਘ ਉਹ ਨੇ ਜਿਨ੍ਹਾਂ ਨੇ ਟੈਸਟ ਟਿਊਬ ਬੇਬੀ ਦੀ ਖੋਜ ਕੀਤੀ। ਇਹ ਖੋਜ ਵਿਦੇਸ਼ਾਂ 'ਚ ਨਹੀਂ ਹੋਈ, ਇਹ ਖੋਜ ਪੰਜਾਬ ਵਿੱਚ ਹੋਈ, ਲੁਧਿਆਣੇ ਵਿੱਚ ਹੋਈ। ਡਾਕਟਰ ਇਕਬਾਲ ਸਿੰਘ ਹੋਣੀ ਲੁਧਿਆਣੇ ਰਹਿੰਦੇ ਨੇ ਗੁਰਮੁਖ, ਤੇ ਲੁਧਿਆਣੇ ਵਿੱਚ ਉਹਨਾਂ ਨੇ ਇਹ ਖੋਜ ਕੀਤੀ ਤੇ ਬਹੁਤ ਸਾਰੇ ਡਾਕਟਰ ਵਿਦੇਸ਼ਾਂ ਤੋਂ ਉਹਨਾਂ ਨੂੰ ਮਿਲਣ ਆਏ ਵੀ ਪੰਜਾਬ ਦੀ ਧਰਤੀ ਤੇ ਡਾਕਟਰ ਨੇ ਏਡੀ ਵੱਡੀ ਖੋਜ ਕੀਤੀ, ਉਹ ਆ ਕੇ ਮਿਲਿਆ ਕਰਨ, ਗੱਲਬਾਤ ਕਰਨ। ਤੇ ਅੰਗਰੇਜ਼ ਆਇਆ ਇੱਕ ਅਮੈਰੀਕਾ, ਉਹਨੇ ਆ ਕੇ ਡਾਕਟਰ ਇਕਬਾਲ ਸਿੰਘ ਨੂੰ ਮਿਲਿਆ, ਕਹਿੰਦਾ ਜੀ ਮੈਂ ਕੁਝ ਦਿਨ ਤੁਹਾਡੇ ਪਾਸ ਰਹਿਣਾ, ਮੈਂ ਵੇਖਣਾ ਵੀ ਕਿਵੇਂ ਪੜ੍ਹਦੇ ਹੋ, ਕਿਵੇਂ ਖੋਜ ਕਰਦੇ ਹੋ, ਤੁਹਾਡਾ ਢੰਗ ਕੀ ਹੈ, ਏਡੀ ਖੋਜ ਇਹ ਕਿਵੇਂ ਕੀਤੀ ਤੁਸੀਂ? ਹੁਣ ਤੇ ਬਹੁਤ ਸਾਰੇ ਥਾਵਾਂ ਉੱਤੇ ਇਹ ਹੈ, ਪਰ ਪਹਿਲਾਂ ਸਭ ਤੋਂ ਇਹਦੀ ਖੋਜ ਜਿਹੜੀ ਹੈ ਉਹ ਡਾਕਟਰ ਇਕਬਾਲ ਸਿੰਘ ਨੇ ਕੀਤੀ। ਉਹ ਹੁਣ ਆਏ, ਉਹ ਕਹਿੰਦੇ ਨੇ ਵੀ ਮੇਰਾ ਦੋਸਤ ਆਇਆ ਅਮਰੀਕਾ ਤੋਂ ਤੇ ਉਹਨੇ ਆ ਕੇ ਮੇਰੇ ਕੋਲ ਰਹਿਣ ਦਾ ਮਨ ਬਣਾਇਆ। ਕਹਿੰਦੇ ਅਸੀਂ ਸੁੱਤੇ, ਸਵੇਰੇ ਸਵੇਰੇ ਉੱਠ ਕੇ ਮੈਂ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਭਜਨ ਪਾਠ ਕੀਤਾ, ਤੇ ਮੈਨੂੰ ਉਹ ਅੰਗਰੇਜ਼ ਕਹਿੰਦਾ ਮੇਰੇ ਕੋਲ ਹੀ ਪਿਆ ਸੀ, ਮੈਨੂੰ ਕਹਿੰਦਾ। ਉਹ ਮੈਂ ਇਸ ਗੱਲੋਂ ਬੜਾ ਹੈਰਾਨ ਹਾਂ ਵੀ ਤੁਸੀਂ ਇੰਨਾ ਟਾਈਮ ਖਰਾਬ ਕਿਉਂ ਕਰਦੇ ਹੋ, ਸਵੇਰੇ ਹੀ ਉੱਠ ਕੇ ਕੋਈ ਟੱਲੀਆਂ ਵਜਾਉਣ ਲੱਗ ਪੈਂਦਾ। ਹਿੰਦੁਸਤਾਨ 'ਚ, ਭਾਰਤ ਵਿੱਚ, ਇੰਡੀਆ ਦੇ ਲੋਕ ਕਿੱਦਾਂ ਦੇ ਨੇ, ਕੋਈ ਟੱਲੀਆਂ ਵਜਾਉਣ ਲੱਗ ਪੈਂਦਾ ਹੈ ਤੇ ਕੋਈ ਤੁਹਾਡੇ ਵਾਂਗੂ ਗੁਟਕਾ ਲੈ ਕੇ ਬਹਿ ਜਾਂਦਾ ਹੈ, ਇਹ ਕਿਉਂ ਟਾਈਮ ਖਰਾਬ ਕਰਦੇ ਹੋ ਤੁਸੀਂ? ਉਸ ਵੇਲੇ ਆਖਿਆ, ਟਾਈਮ ਖਰਾਬ ਨਹੀਂ ਡਾਕਟਰ ਸਾਹਿਬ, ਇਹ ਜਿੰਨੀਆਂ ਵੀ ਰਹਿਮਤਾਂ ਨੇ ਸਾਰੀਆਂ ਇੱਥੋਂ ਹੀ ਹੋਈਆਂ ਨੇ, ਇਹ ਸਭ ਗੁਰਸਿੱਖ ਦਾ ਤੇ ਜੀਵਨ ਹੀ ਨਿਤਨੇਮ ਹੈ। ਮੱਛੀ ਪਾਣੀ ਬਿਨਾਂ ਨਹੀਂ ਬਚਦੀ, ਸਿੱਖ ਬਾਣੀ ਬਿਨਾਂ ਨਹੀਂ ਬਚਦਾ, ਅਸੀਂ ਨਹੀਂ ਬਚ ਸਕਦੇ, ਸਾਡਾ ਤੇ ਅੰਮ੍ਰਿਤ ਵੇਲਾ ਸ਼ੁਰੂ ਹੀ ਇੱਥੋਂ ਹੁੰਦਾ। ਡਾਕਟਰ ਇਕਬਾਲ ਸਿੰਘ ਨੂੰ ਅੰਗਰੇਜ਼ ਆਖਣ ਲੱਗਾ, ਇਹ ਡਾਕਟਰ ਸਾਹਿਬ ਸਵੇਰੇ ਸਵੇਰੇ ਨਾ ਫਰੈਸ਼ ਹੁੰਦਾ ਹੈ, ਮਾਇੰਡ ਦਿਮਾਗ ਬਿਲਕੁਲ ਫਰੈਸ਼ ਹੁੰਦਾ ਹੈ, ਤੇ ਸਵੇਰੇ ਸਵੇਰੇ ਚੰਗੀਆਂ ਚੰਗੀਆਂ ਖੋਜਾਂ ਕਰਿਆ ਕਰੋ, ਆ ਸਵੇਰੇ ਹੀ ਨਾ ਲੱਗ ਜਾਇਆ ਕਰੋ ਗੁਟਕਾ ਲੈ ਕੇ। ਇਹ ਐਵੇਂ ਦੁਨੀਆਂ ਦੇ ਵਹਿਮ ਨੇ ਵੀ ਰੱਬ ਪਰਮੇਸ਼ਰ ਨਾਮ ਜਪਣਾ, ਪਾਠ ਭਜਨ ਕਰਨਾ, ਐਵੇਂ ਨਹੀਂ ਖਰਾਬ ਕਰੀਦਾ ਸਮਾਂ। ਡਾਕਟਰ ਇਕਬਾਲ ਸਿੰਘ ਕਹਿਣ ਲੱਗੇ, ਜੀ ਇੱਦਾਂ ਨਾ ਕਹੋ, ਐਸੀ ਗੱਲ ਨਹੀਂ, ਅਸੀਂ ਮੰਨਦੇ ਹਾਂ ਵੀ ਜਰੇ ਜਰੇ ਵਿੱਚ ਪਰਮੇਸ਼ਰ ਹੈ, ਉਹਦਾ ਵਸ ਹੈ, ਸਭੈ ਕਟਰਾਮ ਬੋਲੇ, ਰਾਮਾ ਬੋਲੇ,
ਰਾਮ ਬਿਨਾਂ ਕੋ ਬੋਲੇ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ। ਹੁਣ ਬੜੀ ਵਾਰੀ ਆਪ ਸੁਣਦੇ ਰਹਿੰਦੇ ਹੋ, ਅਰਜ ਕਰਦੇ ਰਹੀਦਾ। ਜਾਗਦਾ ਚੰਦ ਅਸਮਾਨੀ ਦਾਤਾ ਖੂਬਸੂਰਤੀ ਦਾ, ਜਾਂ ਕੋਈ ਜਾਗਦਾ ਪ੍ਰਾਣਾ ਰੋਗੀ ਫਲ ਭੋਗੇ ਕਰਮਾਂ ਦੇ, ਜਾਂ ਕੋਈ ਜਾਗਦਾ ਪ੍ਰੇਮ ਬਾਜੀ ਹਾਰਿਆ ਸੱਲ ਸਿੰਘ ਬਿਰਹੋਂ ਦੇ, ਜਾਂ ਕੋਈ ਜਾਗਦਾ ਹੈ ਚੋਰ ਲੁਟੇਰਾ ਓਟ ਪਰਛਾਵਿਆਂ ਦੀ, ਪਰ ਪ੍ਰਵਾਨ ਕਿਹਨਾਂ ਦਾ ਜਾਗਣਾ, ਜਾਂ ਕੋਈ ਜਾਗਦੇ ਨੇ ਅੱਲਾਹ ਦੇ ਪਿਆਰੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਤਾਰੇ ਜਾਗਣਗੇ, ਰੱਬ ਦੇ ਪਿਆਰੇ ਜ਼ਰੂਰ ਜਾਗਣਗੇ। ਰਾਤ ਬੈਠ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਦੇ ਨੇ, ਸਿਮਰਨ ਕਰਦੇ ਨੇ। ਸਾਧ ਸੰਗਤ ਜੀ, ਗੁਰਮੁਖਾਂ ਦੀ ਗੁਰਸਿੱਖਾਂ ਦੀ ਤੇ ਨਿਸ਼ਾਨੀ ਹੀ ਇਹ ਹੈ, ਰਾਤ ਨੂੰ ਤਾਰੇ ਜਾਗਣਗੇ, ਰੱਬ ਦੇ ਪਿਆਰੇ ਜਾਗਣਗੇ। ਪਿੰਨੀ ਰਹਿਣੜੀਏ ਚਮਕਣ ਤਾਰੇ, ਜਾਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਰੱਬ ਦੇ ਪਿਆਰੇ ਨੇ ਜਿਹੜੇ ਜ਼ਰੂਰ ਜਾਗਦੇ ਨੇ। ਪਿੰਨੀ ਰਹਿਣ ਦੇ ਚਮਕਦੇ ਨੇ ਤਾਰੇ, ਰਹਿਣ ਰਾਤ ਨੂੰ ਤਾਰੇ ਜਾਗਣਗੇ, ਜਾਗਦੇ ਪਿਆਰੇ ਰੱਬ ਗੱਜ ਕੇ ਜਾਗਦੇ ਪਿਆਰੇ। ਆਪੋ ਆਪਣੀ ਜਗ੍ਹਾ ਤੇ ਸਜੇ ਰਹਿਣਾ, ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਛੱਕ ਕੇ ਆਏ, ਪੰਜ ਪਿਆਰੇ ਆ ਰਹੇ ਨੇ, ਜਿਵੇਂ ਆਪਾਂ ਅੱਗੇ ਸਤਿਕਾਰ ਕਰਨੇ ਆ ਉਵੇਂ ਹੀ ਅੱਜ ਵੀ ਕਰੋ, ਸਾਰੇ ਗੱਜ ਕੇ ਬੋਲੋ। Oh,
ਵਾਲੇ ਨੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਜਿਨ੍ਹਾਂ ਤੇ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ, ਆਓ ਸਾਰੇ ਉਹਨਾਂ ਦਾ ਸਤਿਕਾਰ ਕਰੀਏ। ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਆਪਣੇ ਬਣਾਇਆ। ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ, ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲਿਖੀ। ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ, ਆਗਿਆ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ। ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਗੱਜ ਕੇ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇੱਥੇ ਹੀ ਮੱਥਾ ਟੇਕੋ, ਇੱਥੇ ਹੀ ਬਹਿ ਜਾਓ ਸਾਰੇ, ਦੂਰੋਂ ਹੀ ਮੱਥਾ ਟੇਕ ਕੇ ਸਜ ਜਾਓ। ਜਿਹੜੇ ਗੁਰੂ ਵਾਲੇ ਬਣੇ ਨੇ, ਜਿਨ੍ਹਾਂ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਬਣਨਾ ਹੀ ਔਖਾ ਹੈ, ਜੁੜਨਾ ਹੀ ਔਖਾ ਹੈ ਗੁਰਮੁਖੋ, ਜੁੜਨਾ ਜੋੜਨਾ। ਅੱਜ ਤੁਰੇ ਜਾਂਦੇ ਨੂੰ ਧੱਕਾ ਦੇ ਕੇ ਡਿੱਗਣ ਵਾਲੇ ਬਹੁਤੇ ਆ, ਤੁਰੇ ਜਾਂਦੇ ਨੂੰ ਡਿੱਗੇ ਨੂੰ ਉਠਾਉਣ ਵਾਲਾ ਤੇ ਕੋਈ ਵਿਰਲਾ ਵਿਰਲਾ। ਬਹਿ ਜਾਓ ਭਾਈ ਸਾਰੇ, ਸੱਜ ਜਾਓ। ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਮਿਹਰ ਕਰਕੇ ਆਪਣੇ ਬਣਾਇਆ ਹੈ, ਅੰਮ੍ਰਿਤ ਦੀ ਦਾਤ ਜਿਨ੍ਹਾਂ ਨੇ ਪ੍ਰਾਪਤ ਕੀਤੀ ਹੈ, ਸੱਚੇ ਪਾਤਸ਼ਾਹ ਮਿਹਰ ਰੱਖਣ, ਚੜ੍ਹਦੀ ਕਲਾ ਵਾਲਾ ਜੀਵਨ ਬਣਾਓ, ਬਾਣੀ ਬਾਣੇ ਦੇ ਧਾਰਨੀ ਬਣੋ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਰਹਿਣਾ ਹੈ। ਹਮੇਸ਼ਾ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ, ਜਿੱਥੇ ਸਾਡੀ ਵੀ ਨਿਭਾ ਦੇਈ ਬਾਜਾਂ ਵਾਲਿਆ, ਮੇਰੀ ਵੀ ਨਿਭਾ ਦੇਈ ਬਾਜਾਂ ਵਾਲਿਆ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ, ਜਿੱਥੇ ਮੇਰੀ ਵੀ ਨਿਭਾ ਦੇਈ ਬਾਜਾਂ ਵਾਲਿਆ, ਜਿਨ੍ਹਾਂ ਨੇ ਲਾਈ ਉਹਨਾਂ ਦੀ
ਸਾਹਿਬ ਦੇ ਅੰਮ੍ਰਿਤ ਸੰਚਾਰ ਦਾ ਜਿਨ੍ਹਾਂ ਨੂੰ ਚਾਹ ਇੱਕ ਵਾਰੀ ਸਾਰੇ ਬਾਹਾਂ ਖੜੀਆਂ ਕਰਿਓ ਜਦੋਂ ਜੈਕਾਰਾ ਲੱਗੇਗਾ ਮੇਰੀ ਵੀ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਕਾਇਮ ਰਹਿਣਾ ਤੁਸੀਂ ਹਮੇਸ਼ਾ ਵੇਖਦੇ ਆਏ ਹੋ ਜਦੋਂ ਜਦੋਂ ਵੀ ਦੀਵਾਨ ਇੱਥੇ ਲੱਗੇ ਨੇ ਜਾਂ ਇਲਾਕੇ 'ਚ ਲੱਗੇ ਨੇ ਜਿੱਥੇ ਵੀ ਕਿਤੇ ਪ੍ਰੋਗਰਾਮ ਹੋਵੇ ਹਰ ਜਗ੍ਹਾ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਯਤਨ ਕਰੀਏ ਤੇ ਜ਼ਰੂਰ ਮਿਹਰ ਹੁੰਦੀ ਹੈ ਥੋੜ੍ਹਾ ਜਿਹਾ ਹੰਭਲਾ ਮਾਰਨ ਦੀ ਲੋੜ ਹੈ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਦੇ ਨੇ ਮੈਂ ਬੇਨਤੀ ਅੱਜ ਕੱਲ੍ਹ ਬਹੁਤ ਸਟੇਜਾਂ ਤੇ ਕਰਦਾ ਰਹਿੰਦਾ ਹੈ ਯਤਨ ਜ਼ਰੂਰ ਕਰੋ ਇੱਕ ਜੁੜੇ ਦੋ ਜੁੜੇ ਚਾਰ ਜੁੜਨ ਅੱਗ ਲੱਗ ਗਈ ਜੰਗਲ ਨੂੰ ਇੱਕ ਚਿੜੀ ਅੱਗ ਬੁਝਾ ਰਹੀ ਹੈ ਪਾਣੀ ਦੀ ਚੁੰਝ ਭਰੇ ਅੱਗ ਤੇ ਪਾ ਦੇ ਚੁੰਝ ਭਰੇ ਅੱਗ ਤੇ ਪਾ ਦੇ ਤੇ ਉਹਨੂੰ ਕਿਸੇ ਨੇ ਆਖਿਆ ਚਿੜੀਏ ਤੇਰੇ ਇੰਨੇ ਕੁ ਪਾਣੀ ਨਾਲ ਅੱਗ ਬੁਝ ਚੱਲੀ ਕਿਤੇ ਇੰਨੀ ਅੱਗ ਲੱਗੀ ਤੇ ਨਿੱਕੀ ਜੀ ਤੇਰੀ ਚੁੰਝ ਜਾ ਇਹਦੇ 'ਚ ਕਿੰਨਾ ਕੁ ਪਾਣੀ ਜਾਏਗਾ ਇਹਦੇ ਨਾਲ ਅੱਗ ਬੁਝ ਚੱਲੀ ਹੈ ਉਹ ਆਖਣ ਲੱਗੀ ਪਤਾ ਮੈਨੂੰ ਵੀ ਆ ਵੀ ਨਹੀਂ ਬੁਝ ਚੱਲੀ ਫਿਰ ਤੂੰ ਕਿਉਂ ਲੈ ਕੇ ਜਾਨੀ ਇੰਨਾ ਕੁ ਪਾਣੀ ਇੰਨੀ ਅੱਗ ਤੇ ਚੁੰਝ ਪਾਣੀ ਦੀ ਇਹਦੇ ਨਾਲ ਕੀ ਹੋਏਗਾ ਕਹਿੰਦੀ ਪਤਾ ਮੈਨੂੰ ਵੀ ਹੈ ਵੀ ਇੰਨੀ ਅੱਗ ਹੈ ਥੋੜੇ ਜੇ ਚੁੰਝ ਨਾਲ ਪਾਣੀ ਨਾਲ ਬੁਝਣ ਨਹੀਂ ਲੱਗੀ ਫਿਰ ਕਿਉਂ ਪਾਣੀ ਹੈ ਪਾਣੀ ਕਹਿਣ ਲੱਗੀ ਇੱਕ ਦਿਨ ਰੱਬ ਦੀ ਕਚਹਿਰੀ 'ਚ ਪੇਸ਼ ਹੋਣਾ ਲਾਉਣ ਵਾਲੇ ਵੀ ਖੜਨਗੇ ਬੁਝਾਉਣ ਵਾਲੇ ਵੀ ਖੜਨਗੇ ਲਾਉਣ ਵਾਲੇ ਵੀ ਖੜਨਗੇ ਬੁਝਾਉਣ ਵਾਲੇ ਵੀ ਖੜਨਗੇ ਨਾ ਵੀ ਬੁਝੇ ਪਰ ਬੁਝਾਉਣ ਵਾਲਿਆਂ ਦੀ ਲਿਸਟ 'ਚ ਤੇ ਆ ਜਾਵਾਂਗੇ ਬੁਝਾਉਣ ਵਾਲਿਆਂ ਦੀ ਲਾਈਨ 'ਚ ਤੇ ਖਲੋਵਾਂਗੇ ਲਾਉਣ ਵਾਲਿਆਂ 'ਚ ਤੇ ਨਹੀਂ ਆਵਾਂਗੇ ਕਿ ਮੂਕ ਦਰਸ਼ਕ ਹੋ ਕੇ ਵੇਖਦੇ ਰਹੇ ਉਹਨਾਂ ਦੀ ਲਿਸਟ 'ਚ ਵੀ ਨਹੀਂ ਆਉਣਾ ਨਾ ਲਾਉਣ ਵਾਲਿਆਂ 'ਚ ਨਾ ਬੁਝਾਉਣ ਵਾਲਿਆਂ 'ਚ ਬਸ ਵਹਿੰਦੇ ਰਹੋ ਵੀ ਕੌਣ ਲਾਉਂਦਾ ਤੇ ਕੌਣ ਬੁਝਾਉਂਦਾ ਵੇਖਦੇ ਵੀ ਰਹਿਣਾ ਇਹ ਵੀ ਨਹੀਂ ਠੀਕ ਬੁਝਾਉਣ ਵਾਲਿਆਂ ਦੀ ਲਿਸਟ 'ਚ ਆ ਜਾਵਾਂਗੇ ਇਹ ਸੱਚ ਹੈ ਪਤਾ ਸਾਨੂੰ ਵੀ ਹੈ ਵੀ ਸਾਰੀ ਦੁਨੀਆਂ ਨੂੰ ਅਸੀਂ ਅੰਮ੍ਰਿਤਧਾਰੀ ਨਹੀਂ ਬਣਾ ਸਕਦੇ ਸਾਨੂੰ ਵੀ ਪਤਾ ਵੀ ਸਭ ਦੀਆਂ ਦਾੜੀਆਂ ਕੇਸ ਨਹੀਂ ਰਖਾ ਸਕਦੇ ਪਰ ਜੇ ਇੱਕ ਦੋ ਨੂੰ ਜੋੜ ਦਈਏ ਦਸ ਨੂੰ ਜੋੜ ਦਈਏ ਵੀਹ ਨੂੰ ਜੋੜ ਦਈਏ ਜੋੜਨ ਵਾਲਿਆਂ ਦੀ ਲਿਸਟ 'ਚ ਤੇ ਆਵਾਂਗੇ ਇੱਕ ਨੂੰ ਵੀ ਜ਼ਿੰਦਗੀ 'ਚ ਜੇ ਜੋੜਿਆ ਹੋਵੇ ਇੱਕ ਨੂੰ ਵੀ ਅੰਮ੍ਰਿਤਧਾਰੀ ਬਣਾਇਆ ਹੋਵੇ ਜੋੜਨ ਵਾਲਿਆਂ ਦੀ ਲਿਸਟ 'ਚ ਆਏਗਾ ਇੱਕ ਨੂੰ ਵੀ ਜੋੜੋ ਤੇ ਯਤਨ ਕਰੋ ਗੁਰਮੁਖੋ ਕੋਸ਼ਿਸ਼ ਕਰੋ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਸੂਰਜ ਨਾ ਬਣ ਸਕੇ ਤੋ ਸ਼ਮਾ ਰਹਾ ਗੁਜ਼ਰ ਸਹੀ ਜਿਨੇ ਕਾ ਇਸ ਜਹਾਂ ਮੇ ਕੋਈ ਮੁੱਦਾ ਤੋ ਹੋ ਸੂਰਜ ਨਾ ਬਣ ਸਕੇ ਦੀਵਾ ਹੀ ਬਣ ਜਾਓ ਪਰ ਬਣੋ ਤੇ ਸਹੀ ਕੁਛ ਤੇ ਬਣੋ ਦੀਵਾ ਹੀ ਛੋਟਾ ਜਿਹਾ ਹੁੰਦਾ ਸੂਰਜ ਤੇ ਵੱਡੀਆਂ ਗੱਲਾਂ ਨੇ ਪਰ ਥੋੜ੍ਹਾ ਜਿਹਾ ਯਤਨ ਤੇ ਕਰੋ ਕੋਸ਼ਿਸ਼ ਤੇ ਕਰੋ ਤੇ ਯਤਨ ਜ਼ਰੂਰ ਸਫਲ ਹੁੰਦੇ ਨੇ ਕੋਈ ਮਨੋਂ ਤੁਰਦਾ ਮਹਾਰਾਜ ਆਪੇ ਬਾਂਹ ਫੜ ਲੈਂਦੇ ਬਹੁਤ ਪਿਆਰ ਸੰਗਤ ਕਰਦੀ ਹੈ ਮੈਂ ਅਰਜ ਕੀਤੀ ਸੀ ਕੱਲ੍ਹ ਵੀ ਤੁਹਾਡੇ ਚਰਨਾਂ 'ਚ ਗੁਰਮਤ ਦੇ ਪ੍ਰਚਾਰ ਕਰਕੇ ਇਸ ਅੰਮ੍ਰਿਤ ਸੰਚਾਰ ਕਰਕੇ ਜੋ ਪਿਆਰ ਮਿਲਿਆ ਸਤਿਕਾਰ ਮਿਲਿਆ ਸੰਗਤ ਤੋਂ ਇਸੇ ਕਰਕੇ ਮਿਲਿਆ
ਬਹੁਤ ਪ੍ਰੇਮ ਦਿੱਤਾ ਸੰਗਤ ਨੇ, ਬਹੁਤ ਦੇਸ਼ਾਂ 'ਚ, ਵਿਦੇਸ਼ਾਂ 'ਚ, ਅਮਰੀਕਾ, ਕਨੇਡਾ, ਇੰਗਲੈਂਡ, ਸਾਰਿਆਂ ਦੇਸ਼ਾਂ 'ਚ ਗਏ ਆ, ਸਿਰਫ ਇੱਕੋ ਗੱਲ ਕਰਕੇ ਕਿ ਗੁਰੂ ਦੀ ਬਾਣੀ ਦੀ ਗੱਲ ਕੀਤੀ, ਪ੍ਰਚਾਰ ਕੀਤਾ ਅੰਮ੍ਰਿਤ ਦਾ, ਇਸੇ ਕਰਕੇ ਸਤਿਕਾਰ ਮਿਲਿਆ। ਕਰਨ ਕਰਾਉਣ ਜੋਗੇ ਕੁਛ ਨਹੀਂ ਸੀ ਤੇ ਸਾਨੂੰ ਕਿਸੇ ਨੇ ਦਿੱਤਾ ਵੀ ਕੁਛ ਨਹੀਂ, ਜੋ ਦਿੱਤਾ ਹੈ ਗੁਰੂ ਦੇ ਪ੍ਰਚਾਰ ਨੂੰ ਦਿੱਤਾ ਹੈ। ਕੁਝ ਦਿਸਿਆ ਕਿਸੇ ਨੂੰ ਵੇਖ ਕੇ, ਇਸ ਨੂੰ, ਇਸ ਚੀਜ਼ ਨੂੰ ਦਿੱਤਾ ਹੈ। ਕੋਈ ਅੱਜ ਤੱਕ ਕਿਸੇ ਨੂੰ ਲਾਚੀਆਂ ਨਹੀਂ ਕਰਕੇ ਦਿੱਤੀਆਂ, ਧਾਗੇ ਨਹੀਂ ਕਰਕੇ ਦਿੱਤੇ, ਤਵੀਤ ਨਹੀਂ ਕਰਕੇ ਦਿੱਤੇ, ਪਾਣੀ 'ਚ ਫੂਕਾਂ ਨਹੀਂ ਮਾਰੀਆਂ, ਕਿਸੇ ਨੂੰ ਵਹਿਮ 'ਚ ਨਹੀਂ ਪਾਇਆ, ਭਰਮ 'ਚ ਨਹੀਂ ਪਾਇਆ। ਜੋ ਕੀਤਾ ਉਹ ਬਸ ਗੁਰਮਤ ਵਿੱਚ ਰਹਿ ਕੇ ਕਿ ਅੰਮ੍ਰਿਤਧਾਰੀ ਹੋਵੋ, ਸਿੰਘ ਸਜੋ, ਗੁਰੂ ਵਾਲੇ ਬਣੋ। ਤੇ ਮੈਂ ਅਰਜ਼ ਕਰਦਾ ਸਾਂ, ਅੱਜ ਕੱਲ੍ਹ ਲੋਕ ਗੱਡੀਆਂ ਦੀਆਂ ਗੱਲਾਂ ਕਰਦੇ ਨੇ, ਗੱਡੀਆਂ ਕੀ, ਲੋਕ ਤੇ ਕਹਿੰਦੇ ਨੇ ਹੈਲੀਕਾਪਟਰ ਲੈ ਲਓ, ਇਹ ਕਿਹੜੀਆਂ ਗੱਲਾਂ ਨੇ, ਧਿਆਨ ਦੇਣਾ। ਲੋਕ ਤੇ ਇੰਨਾ ਪਿਆਰ ਕਰਦੇ ਨੇ, ਉਹ ਕਹਿੰਦੇ ਨੇ ਹੈਲੀਕਾਪਟਰ ਰੱਖੋ ਪਰ ਪ੍ਰਚਾਰ ਕਰੋ, ਪ੍ਰਚਾਰ ਕਰੋ। ਪ੍ਰਚਾਰ ਕਰਨ ਵਾਲਾ ਕੋਈ ਵੀ ਹੋਵੇ, ਤੇ ਮੈਂ ਰਾਤ ਵੀ ਅਰਜ਼ ਕਰ ਗਿਆ ਸਾਂ ਕਿ ਅੱਜ ਕਹਿਣ ਵਾਲੇ ਕਹਿੰਦੇ ਨੇ ਕਿ ਅੱਜ ਕੱਲ੍ਹ ਬਾਬਿਆਂ ਨੇ ਗੱਡੀਆਂ ਲੈ ਲਈਆਂ ਨੇ। ਗੁਰੂ ਨਾਨਕ ਸਾਹਿਬ ਤੇ ਤੁਰਦੇ ਸਨ, ਉਦੋਂ ਜ਼ਮਾਨਾ ਹੀ ਤੁਰਨ ਦਾ ਸੀ ਤੇ ਗੁਰੂ ਨਾਨਕ ਵੀ ਤੁਰਦੇ ਸਨ, ਉਦੋਂ ਸਮਾਂ ਹੀ ਤੁਰਨ ਦਾ ਸੀ ਤੇ ਗੁਰੂ ਨਾਨਕ ਵੀ ਤੁਰਦੇ ਸਨ। ਅੱਜ ਸਮਾਂ ਗੱਡੀਆਂ ਦਾ ਹੈ ਤੇ ਗੱਡੀਆਂ ਆ ਗਈਆਂ ਨੇ, ਤੇ ਮੈਂ ਰਾਤ ਵੀ ਇਹ ਬੇਨਤੀ ਕੀਤੀ ਸੀ, ਫਿਰ ਦੁਹਰਾ ਦਿੰਦਾ, ਉਹਨਾਂ ਨੂੰ ਆਖੋ ਤੁਸੀਂ ਜੋੜਨ ਵਾਲੇ ਬਣ ਜਾਓ, ਦਾੜੀਆਂ ਰੱਖ ਲਓ, ਕੇਸ ਰੱਖ ਲਓ, ਵਾਜਾ ਤੇ ਤੁਹਾਨੂੰ ਪਹਿਲਾਂ ਹੀ ਆਉਂਦਾ, ਬਾਣੀ ਗਾਉਣ ਲੱਗ ਜਾਓ। ਮੈਨੂੰ ਇਹ ਗਿਫਟ ਹੋਇਆ, ਜੋ ਮਿਲਿਆ, ਜੋ ਸਾਡੇ ਕੋਲ ਹੈ, ਇਹ ਗਿਫਟ ਹੋਇਆ, ਇਹ ਪਿਆਰ ਮਿਲਿਆ ਸੰਗਤ ਦਾ, ਮੈਂ ਤੁਹਾਨੂੰ ਗਿਫਟ ਕਰ ਦਿਆਂਗਾ ਸਾਰਾ ਕੁਛ, ਪਰ ਬਣੋ ਤੇ ਸਹੀ, ਗੁਰੂ ਦੇ ਬਣੋ, ਸਿੰਘ ਸੱਜ ਜਾਓ, ਦਾੜੀ ਰੱਖੋ, ਕੇਸ ਰੱਖੋ, ਕਿਸੇ ਸਾਧ ਦੇ ਮਗਰ ਨਾ ਲੱਗੋ, ਗੁਰੂ ਨਾਨਕ ਦੇ ਮਗਰ ਤੇ ਲੱਗੋ ਜਿਹਦੀ ਗੱਲ ਪੇ ਕਰਦੇ ਹੋ। ਸ੍ਰੀ ਅਕਾਲ। ਜਿਸ ਗੁਰੂ ਨਾਨਕ ਦੀ ਗੱਲ ਕਰਦੇ ਹੋ, ਧਿਆਨ ਦਿਓ, ਜਿਸ ਗੁਰੂ ਨਾਨਕ ਦੀ ਗੱਲ ਪੈ ਕਰਦੇ ਹੋ ਵੀ ਬਾਬਾ ਨਾਨਕ ਤੁਰ ਕੇ ਜਾਂਦਾ ਸੀ, ਫਿਰ ਬਾਬੇ ਨਾਨਕ ਦੇ ਪਿੱਛੇ ਤੇ ਲੱਗੋ। ਅੱਜ ਕੱਲ੍ਹ ਦੇ ਤੇ ਮਾੜੇ ਨੇ, ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ, ਪਰ ਉਹ ਤੇ ਚੰਗੇ ਸਨ, ਉਹਨਾਂ ਦੀ ਤੇ ਮੰਨ ਲਓ। ਤੇ ਮੈਂ ਅਰਜ਼ ਕੀਤੀ ਹੈ ਕਿ ਸਭ ਕੁਛ ਉਹਨਾਂ ਦਾ ਜੋ ਕੌਮ ਦਾ ਪ੍ਰਚਾਰ ਕਰਦੇ ਨੇ, ਕੋਈ ਵੀ ਜੇ ਤੁਰਿਆ ਤੇ ਲੋਕਾਂ ਨੇ ਆਖਿਆ ਤੁਰੋ ਸਹੀ। ਵੇਖੋ ਗੁਰਮੁਖੋ, ਅੱਜ ਕੋਈ ਬਾਣੀ ਦੀ ਸੰਥਿਆ ਕਰਾਉਣ ਵਾਸਤੇ ਉਪਰਾਲਾ ਕਰ ਲੈ, ਲੋਕ ਆਖਣਗੇ ਕਰੋ ਅਸੀਂ ਤੁਹਾਡੇ ਨਾਲ। ਅੱਜ ਕੋਈ ਅਪਾਹਜਾਂ ਦੀ ਸੇਵਾ ਕਰਨ ਲਈ ਭਗਤ ਪੂਰਨ ਸਿੰਘ ਜੀ ਤੁਰੇ, ਕਰੋੜਾਂ ਰੁਪਇਆ ਲੋਕਾਂ ਨੇ ਦਿੱਤਾ ਵੀ ਕਰੋ ਅਸੀਂ ਤੁਹਾਡੇ ਨਾਲ। ਜਦੋਂ ਕੌਮ ਨੂੰ ਦਿਸੇਗਾ ਕੁਛ ਵੀ ਇਹ ਬੰਦਾ ਕੁਝ ਕਰਦਾ ਹੈ, ਮਨੋ ਦਿਲੋਂ ਕੋਈ ਤੁਰੇ ਭਾਵੇਂ ਉਹ ਕੋਈ ਹੋਵੇ, ਲੋਕ ਉਹਦਾ ਸਾਥ ਜ਼ਰੂਰ ਦੇਣਗੇ, ਪਰ ਦੇਣਗੇ ਕਿਸੇ ਗੱਲ ਕਰਕੇ, ਕੋਈ ਗੁਣ ਹੋਣ ਕਰਕੇ, ਕੋਈ ਕੁਆਲਿਟੀ ਹੋਣ ਕਰਕੇ। ਇਸ ਕਰਕੇ ਕੌਮ ਦੇ ਪ੍ਰਚਾਰ ਵਿੱਚ ਤੁਰੋਗੇ, ਦੁਨੀਆਂ ਦੀਆਂ ਆ ਵਸਤੂਆਂ, ਇਹ ਵੀ ਅੱਜ ਦੀ ਸਮੇਂ ਦੀ ਮੰਗ ਆ, ਸਮੇਂ ਦੀ ਲੋੜ ਆ। ਲੋਕ ਵੇਖਦੇ ਨੇ ਵੀ ਇਹ ਦਿਨ ਰਾਤ ਪ੍ਰਚਾਰ ਕਰਦੇ ਨੇ, ਪ੍ਰਚਾਰ ਵਾਸਤੇ ਗੱਡੀਆਂ ਪ੍ਰਚਾਰ ਵਾਸਤੇ ਵਰਤੀਆਂ ਜਾਂਦੀਆਂ, ਆ ਸਾਜ ਪ੍ਰਚਾਰ ਵਾਸਤੇ ਵਰਤੇ ਜਾਂਦੇ ਨੇ। ਇਹ ਸਾਜਾਂ ਦੀ ਨਿੰਦਿਆ ਨਹੀਂ, ਇਹ ਗੁਰੂ ਕੇ ਕੀਰਤਨ ਦੀ ਨਿੰਦਿਆ, ਗੁਰੂ ਕੇ ਪ੍ਰਚਾਰ ਦੀ ਵਿਰੋਧਤਾ, ਪ੍ਰਚਾਰ ਦੇ ਵਿਰੁੱਧ ਬੋਲਣ। ਬਸ ਇੱਕੋ ਗੱਲ ਵੀ ਸਾਡੀ ਕੈਸ਼ ਦੁਨੀਆਂ ਵਿੱਚ ਚੱਲ ਜਾਏ, ਜਿਹੜੇ ਜਿਹੜੇ ਉਹਨਾਂ ਦੇ ਸੁਣਨ ਵਾਲੇ ਨੇ ਉਹ ਵੀ ਖਰੀਦਦੇ ਨੇ, ਜਿਹੜੇ ਸਾਡੇ ਪਿਆਰ ਵਾਲੇ ਉਹ ਵੀ ਕਹਿੰਦੇ ਵੇਖੀਏ ਤੇ ਸਹੀ ਕਿਹਾ ਕੀ, ਉਹ ਵੀ ਖਰੀਦਦੇ ਨੇ, ਉਹ ਕਹਿੰਦੇ ਸਾਡੀਆਂ ਕੈਸ਼ਟਾਂ ਚੱਲੀ ਜਾਂਦੀਆਂ, ਸਾਨੂੰ ਇਹਦੇ ਤੱਕ ਮਤਲਬ ਆ ਵੀ ਮਾਇਆ ਆਉਣੀ ਚਾਹੀਦੀ ਹੈ। ਪਰ ਉਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਇਹਦਾ ਅਰਥ ਕੀ ਬਣਦਾ। ਅਸੀਂ ਜੇ ਅੱਜ ਕਹਿੰਦੇ ਹਾਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਵੀ ਕਾਰ ਸੇਵਾ ਦੇ ਨਾਂ ਤੇ ਬਾਬੇ ਥੈਲੀਆਂ ਮੰਗਦੇ ਨੇ, ਪਰ ਉਹਨਾਂ ਨੇ ਥੈਲੀਆਂ ਲੈ ਕੇ ਕੀ ਕੁਝ ਬਣਾਇਆ, ਇਹ ਸਾਰੀ ਦੁਨੀਆਂ ਦੇ ਸਾਹਮਣੇ ਆ। ਜਿੰਨੇ ਇਤਿਹਾਸਕ ਸਥਾਨ ਅਸੀਂ ਵੇਖਦੇ ਹਾਂ ਉਹ ਸਭ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਬਣਾਏ ਹੋਏ।
ਦਮ ਆ ਫਤਿਹਗੜ੍ਹ ਸਾਹਿਬ ਜਾਂਦੇ ਹੋ, ਸਾਰੇ ਅਸਥਾਨ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਬਣਾਏ, ਅੱਗੇ ਲੱਗ ਕੇ ਬਣਾਏ ਨੇ। ਕੋਈ ਵੀ ਜਦੋਂ ਉਪਰਾਲਾ ਕਰੇਗਾ ਤੇ ਉਹ ਮੰਗਣ ਵੀ ਤੁਰੇ, ਪਰ ਗੁਰੂ ਵਾਸਤੇ ਮੰਗਿਆ ਉਹਨਾਂ ਨੇ, ਗੁਰੂ ਵਾਸਤੇ ਮੰਗਣ ਵਾਸਤੇ ਵੀ ਤੁਰ ਪਏ ਝੋਲੀ ਪਾ ਕੇ। ਮੰਗਣਾ ਕਿਤੇ ਸੌਖਾ ਹੈ? ਮੰਗਣਾ ਸੌਖਾ ਨਹੀਂ। ਲੋਕ ਬੜੀਆਂ ਗੱਲਾਂ ਕਰਦੇ ਨੇ, ਉਹ ਝਾੜੂ ਲੈ ਕੇ ਵੀ ਮਗਰ ਪੈ ਜਾਂਦੀਆਂ ਨੇ ਬੀਬੀਆਂ, ਤੁਸੀਂ ਬੀਜ ਕੇ ਗਏ ਸੀ ਇੱਥੇ ਮੰਗਣ ਆ ਗਏ, ਪਰ ਫਿਰ ਵੀ ਉਹ ਮੰਗਦੇ ਨੇ। ਕਾਹਦੇ ਲਈ ਮੰਗਦੇ ਨੇ? ਸਤਿਗੁਰੂ ਵਾਸਤੇ ਮੰਗਦੇ ਨੇ। ਤੇ ਮੈਂ ਇਸ ਗੱਲ ਨਾਲ ਵੀ ਸਹਿਮਤ ਆ, ਨਕਲੀ ਵੀ ਹੋਣਗੇ, ਪਖੰਡੀ ਵੀ ਹੋਣਗੇ, ਖਾਣ ਵਾਲੇ ਵੀ ਹੋਣਗੇ, ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇੱਥੇ ਪਿਆਰ ਵਾਲੇ ਵੀ ਤੁਰੇ ਨੇ, ਚੜ੍ਹਦੀ ਕਲਾ ਵਾਲੇ ਵੀ ਤੁਰੇ ਨੇ, ਬੰਦਗੀ ਵਾਲੇ ਵੀ ਤੁਰੇ ਨੇ, ਸਿਮਰਨ ਵਾਲੇ ਵੀ ਤੁਰੇ ਨੇ, ਮਨੋਂ ਵੀ ਤੁਰੇ ਨੇ, ਬੜੇ ਅੰਦਰੋਂ ਪਿਆਰ ਕਰਦੇ ਸੀ ਜਿਹੜੇ ਸਿੱਖੀ ਨਾਲ, ਧਰਮ ਨਾਲ, ਪੰਥ ਨਾਲ, ਉਹ ਵੀ ਬੜੇ ਨੇ। ਸੋ ਇਸ ਕਰਕੇ ਸੰਗਤ ਜੀ, ਜ਼ਰੂਰ ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜੋ, ਘਰ ਘਰ ਪ੍ਰਚਾਰਕ ਬਣੋ, ਘਰ ਘਰ ਬਾਣੀ ਬਾਣੇ ਨਾਲ ਜੁੜੋ, ਹੋਰਾਂ ਨੂੰ ਜੋੜੋ, ਜੋੜਨ ਵਾਲਿਆਂ ਦੀ ਲਿਸਟ 'ਚ ਆਓ, ਤੋੜਨ ਵਾਲਿਆਂ ਦੀ ਲਿਸਟ 'ਚ ਨਾ ਆਓ। ਜੋੜਨ ਵਾਲਿਆਂ ਵੱਲ ਤੁਰੋ, ਜੋੜਨ ਵਾਲਿਆਂ ਦੀ ਲਾਈਨ 'ਚ ਖਲੋ ਜਾਓ, ਮਰਜ ਮੇਰਾ ਕਰਨਗੇ ਤੇ ਆਓ। ਮੈਂ ਆਪ ਜੀ ਦੇ ਚਰਨਾਂ ਵਿੱਚ ਅਰਜ ਕਰ ਰਿਹਾ ਸਾਂ ਕਿ ਡਾਕਟਰ ਇਕਬਾਲ ਸਿੰਘ, ਬਸ ਮੈਂ 5-7 ਮਿੰਟਾਂ ਵਿੱਚ ਸਮਾਪਤੀ ਕਰਾਂਗਾ, ਤੇ ਮੇਰੀ ਅਰਜ਼ ਹੈ ਕਿ ਇਕਾਗਰਤਾ ਆਪ ਜੀ ਨੇ ਬਖਸ਼ਣੀ, ਕਿਉਂਕਿ ਅਸੀਂ ਉੱਥੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਨਵੇਂ ਬਣੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕਰਨਾ ਹੈ ਸਵੇਰੇ, ਇਸ ਕਰਕੇ ਉੱਥੇ ਤਿਆਰੀ ਅਜੇ ਕਰਨ ਵਾਲੀ ਰਹਿੰਦੀ ਹੈ, ਵਿਛਾਈ ਕਰਨੀ ਹੈ, ਗੁਰੂ ਸਾਹਿਬ ਦਾ ਪ੍ਰਕਾਸ਼ ਹੋਣਾ ਸਵੇਰੇ। 14 ਤਰੀਕ ਦਾ ਗੁਰਮਤਿ ਸਮਾਗਮ ਹੈ, ਇਸ ਕਰਕੇ ਮੈਂ ਜਲਦੀ ਚਲੇ ਜਾਣਾ ਤੇ ਮੈਂ ਬਹੁਤਾ ਲੰਮਾ ਸਮਾਂ ਨਹੀਂ ਲਾਵਾਂਗਾ। ਮੇਰੀ ਆਹ ਬੇਨਤੀ ਨੂੰ ਜ਼ਰੂਰ ਧਿਆਨ ਨਾਲ ਸੁਣਨਾ, ਜਿੰਨਾ ਚਿਰ ਮਰਜ ਸਾਹਿਬ ਇੱਥੇ ਨੇ ਪਿਆਰ ਨਾਲ ਸਜਣਾ, ਬਸ 5-10 ਮਿੰਟ ਵਿੱਚ ਸਮਾਪਤੀ। ਡਾਕਟਰ ਇਕਬਾਲ ਸਿੰਘ ਲਿਖਦੇ ਨੇ ਆਪਣੀ ਕਲਮ ਦੁਆਰਾ, ਉਹ ਕਹਿੰਦੇ ਨੇ ਮੈਨੂੰ ਅੰਗਰੇਜ਼ ਕਹਿੰਦਾ ਕਿਉਂ ਐਵੇਂ ਸਵੇਰੇ ਹੀ ਉੱਠ ਕੇ ਗੁਟਕਾ ਲੈ ਕੇ ਬਹਿ ਜਾਂਦੇ ਹੋ, ਇਹਦਾ ਫਾਇਦਾ ਕੀ? ਕਮਲੇ ਨੇ ਲੋਕ ਇੰਡੀਆ 'ਚ ਰਹਿਣ ਵਾਲੇ ਐਵੇਂ ਬਹਿ ਜਾਂਦੇ। ਉਹ ਕਹਿੰਦੇ ਮੈਂ ਆਖਿਆ ਉਹ ਐਵੇਂ ਨਹੀਂ, ਕੋਈ ਗੱਲ ਤੇ ਤਾਂ ਹੀ ਬਹਿੰਦੇ ਨੇ, ਐਵੇਂ ਨਹੀਂ ਪਿਆਰ ਵਿੱਚ ਬਹਿੰਦੇ। ਉਹ ਮੰਨੇ ਹੀ ਨਾ ਕੋਈ ਰੱਬ ਨਹੀਂ ਹੁੰਦਾ, ਐਵੇਂ ਗੱਲਾਂ ਬਣਾਈਆਂ। ਕਹਿੰਦੇ ਮੈਂ ਆਖਿਆ ਵੀ ਮੇਰੀਆਂ ਦਲੀਲਾਂ ਇਹਦੇ ਸਮਝ 'ਚ ਨਹੀਂ ਆਉਂਦੀਆਂ। ਕਈ ਬੰਦੇ ਨਹੀਂ ਸਮਝਦੇ ਦਲੀਲ ਨਾਲ, ਕਈ ਸੋਟੇ ਦੀ ਬੋਲੀ ਹੋਈ ਸਮਝਦੇ ਨੇ, ਡਾਂਗ ਦੀ ਬੋਲੀ ਸਮਝ, ਉਹਨਾਂ ਨੂੰ ਪਿਆਰ ਦੀ ਬੋਲੀ ਸਮਝ ਹੀ ਨਹੀਂ ਆਉਂਦੀ। ਤੇ ਗੁਰਮੁਖ ਉਹ ਕਹਿੰਦੇ ਇਹਨੇ ਸਮਝਦਾ ਹੀ ਨਹੀਂ ਪਿਆਰ ਨਾਲ ਸਮਝਾਇਆ। ਉਹਨੇ ਕੀ ਕੀਤਾ? ਡਾਕਟਰ ਇਕਬਾਲ ਸਿੰਘ ਲਿਖਦੇ ਨੇ, ਕਹਿੰਦੇ ਮੈਂ ਆਖਿਆ ਵੀ ਇਹਨੂੰ ਅੰਮ੍ਰਿਤਸਰ ਲੈ ਕੇ ਚੱਲੀਏ, ਇਹਦੇ ਸੁੱਕਾ ਹੋਇਆ ਮਨ ਹਰਾ ਉੱਥੇ ਹੋਏਗਾ। ਡਾਕਟਰ ਇਕਬਾਲ ਸਿੰਘ ਨੇ ਅਰਦਾਸ ਕੀਤੀ, ਗੁਰੂ ਰਾਮਦਾਸ ਜੀ ਤੁਹਾਡੇ ਚਰਨਾਂ 'ਚ ਲੈ ਕੇ ਆਉਣ ਲੱਗਾ, ਨਾਸਤਕ ਨੂੰ ਇਹਨੂੰ ਆਸਤਕ ਬਣਾ ਦਿਓ, ਨਿਸ਼ਰਧਕ ਨੂੰ ਲਿਆਉਣਾ, ਸ਼ਰਧਾਵਾਨ ਬਣਾ ਦਿਓ, ਸ਼ਰਧਾ ਦਾ ਬੀਜ ਇਹਦੇ ਅੰਦਰ ਬੀਜ ਦਿਓ, ਤੇ ਮੇਰੇ ਵੱਸ ਦਾ ਰੋਗ ਨਹੀਂ ਜੇ ਆਪ ਜੀ ਨੇ ਕਿਰਪਾ ਕਰਨੀ, ਇਹ ਤੁਹਾਡੀ ਕਿਰਪਾ ਨਾਲ ਗੱਲ ਬਣੇਗੀ। ਤੇ ਡਾਕਟਰ ਸਾਹਿਬ ਲਿਖਦੇ ਨੇ ਮੈਂ ਤੁਰ ਪਿਆ ਅੰਮ੍ਰਿਤਸਰ, ਗਏ ਉਹਨੂੰ ਮੈਂ ਅੰਦਰ ਨਹੀਂ ਲੈ ਕੇ ਗਿਆ, ਸ਼ਾਮ ਨੂੰ ਮੈਂ ਕਿਹਾ ਆ ਜਾ ਸੌਂ ਜਾ, ਸਰਾਂ 'ਚ ਸੌਂ ਗਏ, ਕਮਰਾ ਲਿਆ ਸੌਂ ਗਏ। ਸਵੇਰੇ ਮੈਂ 3 ਵਜੇ ਉਠਾਇਆ ਵੀ ਉੱਠ, ਉਹ ਉੱਠੇ ਨਾ, ਮੈਂ ਧੱਕੇ ਨਾਲ ਉਠਾਇਆ ਵੀ ਉੱਠ ਬਈ, ਆਏ ਕਾਹਦੇ ਲਈ? ਉੱਠ ਪਿਆ, ਉਹਨੂੰ ਕਿਹਾ ਇੱਥੇ ਅੰਦਰ ਇਸ਼ਨਾਨ ਕਰ ਲੈ, ਉੱਥੇ ਹੀ ਇਸ਼ਨਾਨ ਕਰ ਲਿਆ। ਫਿਰ ਅਸੀਂ ਦਰਬਾਰ ਸਾਹਿਬ 'ਚ ਗਏ, ਕਹਿੰਦੇ ਜਦੋਂ ਉਹਨੇ ਦਰਬਾਰ ਸਾਹਿਬ ਸਾਹਮਣੇ ਨਜ਼ਰ ਮਾਰੀ, ਟਿਕਟਕੀ ਲਗਾ ਕੇ ਇੱਕ ਤੱਕ ਦਰਬਾਰ ਸਾਹਿਬ ਵੱਲ ਵੇਂਦਾ ਰਿਹਾ ਅੰਗਰੇਜ਼। ਫਿਰ ਮੈਂ ਕਿਹਾ ਵੀ ਹੁਣ ਇੱਕ ਚੁੱਭਾ ਇੱਥੇ ਵੀ ਲਾ, ਉਹਨੇ ਵੀ ਨਾ ਇਸ਼ਨਾਨ, ਮੈਂ ਵੀ ਕੀਤਾ, ਚਲੋ ਇਸ਼ਨਾਨ ਕੀਤਾ। ਫਿਰ ਅਸੀਂ ਤੁਰੇ,
ਕਹਿੰਦੇ ਮੈਨੂੰ ਪਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ 4:30 ਵਜੇ ਕੋਠਾ ਸਾਹਿਬ ਤੋਂ ਦਰਬਾਰ ਸਾਹਿਬ ਜਾਂਦੇ ਨੇ ਦਰਸ਼ਨ ਦੇਣ ਲਈ ਸੰਗਤ ਨੂੰ, ਤਖ਼ਤ ਤੇ ਬਿਰਾਜਮਾਨ ਹੁੰਦੇ ਨੇ ਮਹਾਰਾਜ ਸਾਹਿਬ, ਤੇ ਮੈਨੂੰ ਪਤਾ ਸੀ ਟਾਈਮ ਹੈ ਮੇਰੇ ਕੋਲ 1 ਘੰਟਾ। ਮੈਂ ਕਹਿੰਦੇ ਇੰਨੀ ਹੌਲੀ ਹੌਲੀ ਤੁਰਿਆ ਤੇ ਉਹਨੂੰ ਫਿਰ ਮੈਂ ਅੰਮ੍ਰਿਤਸਰ ਦੀ ਹਿਸਟਰੀ ਸੰਖੇਪ ਰੂਪ ਵਿੱਚ ਥੋੜੇ ਸ਼ਬਦਾਂ ਵਿੱਚ ਸੁਣਾਉਣੀ ਸ਼ੁਰੂ ਕਰ ਦਿੱਤੀ। ਮੈਂ ਉਹਦੇ ਕੰਨ ਵਿੱਚ ਦੱਸੀ ਗਿਆ ਵੀ ਅੰਮ੍ਰਿਤਸਰ ਦਾ ਮਤਲਬ ਕੀ ਹੈ, ਇਹ ਪ੍ਰਗਟ ਕਿਵੇਂ ਹੋਇਆ, ਇਹ ਸਰੋਵਰ ਕਿਵੇਂ ਬਣਿਆ, ਇਹਦੇ 4 ਦਰਵਾਜ਼ੇ ਨੇ, 4 ਦਰਵਾਜ਼ੇ ਨੇ ਇਹਦੇ, ਇੱਥੇ ਕੋਈ ਆ ਸਕਦਾ ਹੈ, ਇੱਥੇ ਹਿੰਦੂ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ, ਹਿੰਦੂ ਕੋ ਅੰਦਰ ਜਾਤੇ ਦੇਖਾ, ਮੁਸਲਿਮ ਕੋ ਬਾਹਰ ਆਤੇ ਦੇਖਾ, ਸਿੱਖੋਂ ਕੋ ਬਾਨੀ ਗਾਤੇ ਦੇਖਾ, ਅਛੂਤ ਕੋ ਹਲਵਾ ਖਾਤੇ ਦੇਖਾ। ਕੋਈ ਗਿਆ ਕਹਿੰਦਾ ਕਮਾਲ ਹੋ ਗਈ, ਹਿੰਦੂ ਅੰਦਰ ਵੜਦਾ, ਮੁਸਲਮਾਨ ਬਾਹਰ ਆਉਂਦਾ, ਸਿੱਖ ਬਾਣੀ ਗਾ ਰਹੇ ਸਨ, ਤੇ ਜਿਹਨਾਂ ਨੂੰ ਦੁਨੀਆ ਧੱਕੇ ਮਾਰ ਕੇ ਬਾਹਰ ਕੱਢਦੀ ਹੈ, ਅਛੂਤ ਸਮਝੀਦੀ ਹੈ, ਛੋਟੀਆਂ ਜਾਤਾਂ ਵਾਲੇ ਸਮਝਦੀ ਹੈ, ਉਹਨਾਂ ਨੂੰ ਕਹਿੰਦੇ ਹਲਵਾ ਵਰਤਾਇਆ ਜਾ ਰਿਹਾ, ਹਲਵਾ ਭਾਵਕੜਾ ਪ੍ਰਸ਼ਾਦੀ ਦੇਗ। ਕਹਿੰਦੇ ਕਮਾਲ ਹੈ, ਮੁਸਲਿਮ ਕੋ ਅੰਦਰ ਜਾਤੇ, ਹਿੰਦੂ ਕੋ ਅੰਦਰ ਜਾਤੇ ਦੇਖਾ, ਮੁਸਲਿਮ ਕੋ ਬਾਹਰ ਆਤੇ ਦੇਖਾ, ਸਿੱਖੋਂ ਕੋ ਬਾਨੀ ਗਾਤੇ ਦੇਖਾ, ਅਛੂਤ ਕੋ ਹਲਵਾ ਖਾਤੇ ਦੇਖਾ। ਗਰੀਬ ਗੁਰਬਿਆਂ ਨੂੰ ਦੁਨੀਆ ਵੜਨ ਨਹੀਂ ਦਿੰਦੀ, ਅੰਦਰ ਉੱਥੇ ਬਰਾਬਰ ਦੇਗ ਮਿਲਦੀ ਹੈ, ਕੋਈ ਫਰਕ ਨਹੀਂ। ਕਮਾਲ ਦਾ ਘਰ ਹੈ ਗੁਰੂ ਨਾਨਕ ਦਾ ਘਰ। ਤੇ ਸਾਧ ਸੰਗਤ ਕਹਿੰਦੇ ਮੈਂ ਦੱਸਿਆ ਇੱਥੇ ਕੋਈ ਫਰਕ ਨਹੀਂ। ਇਹਨਾਂ ਨੂੰ ਬਾਬਾ ਦੀਪ ਸਿੰਘ ਦੀ ਉਹ ਜਗ੍ਹਾ ਆ ਗਈ ਜਿੱਥੇ ਮੱਥਾ ਸੰਗਤ ਟੇਕਦੀ, ਨਮਸਕਾਰ ਕਰਦੀ, ਫਤਿਹ ਬੁਲਾਉਂਦੀ, ਲੰਘਦੀ। ਮੈਂ ਫਿਰ ਯਾਦ ਆ ਗਈ ਬਾਬੇ ਦੀਪ, ਮੈਂ ਦੱਸਿਆ। ਡਾਕਟਰ ਇਕਬਾਲ ਸਿੰਘ ਲਿਖਦੇ ਨੇ ਮੈਂ ਦੱਸਿਆ ਭਾਈ ਇਹ ਉਹ ਦਰ ਹੈ ਜਿੱਥੇ ਲੋਕਾਂ ਨੇ ਮਾਇਆ ਭੇਟ ਕੀਤੀ, ਪਤਾਸੇ ਭੇਟ ਕੀਤੇ, ਦੇਗਾਂ ਭੇਟ ਕੀਤੀਆਂ, ਰੁਮਾਲੇ ਭੇਟ ਕੀਤੇ, ਸੋਨਾ ਭੇਟ ਕੀਤਾ, ਪਰ ਇਹ ਦਰ ਏਡਾ ਵੱਡਾ ਹੈ ਇੱਥੇ ਸਿਰ ਭੇਟ ਕਰਨ ਵੀ ਸਿੱਖ ਗਏ, ਸੀਸ ਭੇਟ ਚੜਾਉਣਾ। ਉਹ ਅੰਗਰੇਜ਼ ਬੜੀ ਗੌਰ ਨਾਲ ਮੇਰੀ ਗੱਲ ਸੁਣਦਾ ਰਿਹਾ, ਕੱਲੀ ਕੱਲੀ ਗੱਲ ਉਹਨੇ ਮੇਰੀ ਬੜੀ ਗੌਰ ਨਾਲ ਸੁਣੀ। ਵੇਖੋ ਗੁਰਮੁਖੋ, ਇੱਕ ਉਹ ਹੁੰਦੇ ਨੇ ਉੱਪਰੋਂ ਉੱਪਰੋਂ ਅੰਗਰੇਜ਼ਾਂ ਦਾ ਸੁਭਾਅ ਹੈ, ਉਹ ਜਿਹੜੇ ਨੇ ਬੜੀ ਖੋਜ ਕਰਦੇ ਨੇ। ਮੈਂ ਅਰਜ਼ ਕਰਦਾ ਰਹਿੰਦਾ ਕਿ 5 ਲੱਖ ਗੋਰਾ ਅਮਰੀਕਾ 'ਚ ਅੰਮ੍ਰਿਤ ਧਾਰੀ ਹੈ, 7 ਲੱਖ ਕਾਲੇ ਨੇ ਅਫਰੀਕਨ, ਉਹ ਵੀ ਅੰਮ੍ਰਿਤ ਧਾਰੀ ਹੈ, 2 ਲੱਖ ਟੋਟਲ 7 ਲੱਖ ਨੇ। ਹੁਣ 7 ਲੱਖ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ ਤੇ ਉਹ ਭੇਡਾਂ ਵਾਂਗੂ ਪਿੱਛੇ ਨਹੀਂ ਲੱਗਦੇ, ਕਿਸੇ ਗੱਲ ਪਿੱਛੇ ਹੀ ਲੱਗੇ, ਐਵੇਂ ਨਹੀਂ ਪਿੱਛੇ ਲੱਗਦੇ। ਉਹਨਾਂ ਨੂੰ ਸ਼ਾਂਤੀ ਮਿਲੀ ਹੈ, ਉਹਨਾਂ ਨੂੰ ਬੜਾ ਕੁਝ ਲੱਭਾ ਇੱਥੋਂ ਆ ਕੇ, ਉਹ ਐਵੇਂ ਨਹੀਂ ਅੰਗਰੇਜ਼ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਗਏ। ਅੰਗਰੇਜ਼ਾਂ ਨੇ ਵੱਡੇ ਵੱਡੇ ਦਮਾਲੇ ਸਜਾਏ ਨੇ, ਚੋਲੇ ਪਾਏ ਨੇ, ਉਹ ਦਾੜੇ ਵੱਡੇ ਵੱਡੇ ਰੱਖੇ ਨੇ, ਅਮਰੀਕਾ 'ਚ ਰਹਿ ਕੇ ਪੂਰਨ ਗੁਰਸਿੱਖ ਨੇ, ਪੂਰਨ ਗੁਰਸਿੱਖ। ਉਹ ਕਿਸੇ ਗੱਲ ਪਿੱਛੇ ਹੀ ਲੱਗੇ ਨੇ ਅੰਗਰੇਜ਼, ਸਾਡੇ ਵਾਂਗੂ ਨਹੀਂ ਵੀ ਫਲਾਣਾ ਟਰੱਕ ਲੈ ਕੇ ਚੱਲਿਆ ਉਹਦੇ ਨਾਲ ਚੜ੍ਹ ਜਾਓ, ਜੇ ਦੂਜਾ ਆਏਗਾ ਉਹਦੇ ਨਾਲ ਤੁਰ ਪਓ ਵੀ ਚੱਲ ਚੱਲੀਏ ਤੇਰੇ ਬਾਬੇ ਨੂੰ ਵੀ ਮੱਥਾ ਟੇਕਣੇ, ਦੂਜਾ ਆ ਗਿਆ ਤੇਰੇ ਬਾਬੇ ਕੋਲ ਵੀ ਚੱਲਣੇ। ਇੱਦਾਂ ਦੇ ਉਹ ਨਹੀਂ ਹਨ ਭੇਡਾਂ ਵਾਂਗੂ ਵੀ ਭੇਡ ਨੂੰ ਕੰਨ ਤੋਂ ਫੜੋ ਜਿੱਧਰ ਮਰਜ਼ੀ ਲੈ ਜਾਓ, ਇੱਕ ਭੇਡ ਤੁਰ ਪਏ ਬਾਕੀ ਸਾਰੀਆਂ ਮਗਰ ਤੁਰ ਪੈਂਦੀਆਂ। ਉਹ ਇੱਦਾਂ ਦੇ ਨਹੀਂ, ਉਹ ਕਿਸੇ ਗੱਲ ਨੂੰ ਵੇਖਦੇ ਨੇ, ਕੁਆਲਿਟੀ ਵੇਖਦੇ ਨੇ, ਰਿਐਲਿਟੀ ਵੇਖਦੇ ਨੇ, ਕੁਝ ਹੋਵੇ ਤੇ ਸਹੀ, ਉੱਤੋਂ ਉੱਤੋਂ ਨਹੀਂ, ਦੁਖਾਵਾ ਨਹੀਂ ਵੇਖਦੇ।
ਉਹ ਗੱਲ ਪਿੱਛੇ ਕਹਿੰਦੇ ਮੈਂ ਦੱਸਿਆ ਉਹ ਬੜੀ ਗੌਰ ਨਾਲ ਸੁਣੀ ਮੇਰੀ ਗੱਲ ਉਹਨੇ ਸੁਣਦੇ ਨੇ ਲੋਕ ਕੋਈ ਸੁਣਾਉਣ ਵਾਲਾ ਹੋਵੇ ਬੜੀ ਗੌਰ ਸੇ ਸੁਣ ਰਹਾ ਥਾ ਜਮਾਨਾ ਹਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ ਦੁਨੀਆਂ ਤੇ ਬੜੇ ਗੌਰ ਨਾਲ ਸੁਣਦੀ ਹੈ ਪਰ ਕੀਤਾ ਕੀ ਜਾਏ ਸੁਣਾਉਣ ਵਾਲੇ ਆਪ ਹੀ ਸੁੱਤੇ ਪਏ ਨੇ ਹੁਣ ਜੇ ਆਪ ਹੀ ਸੌਂ ਜਾਓਗੇ ਤੇ ਕੀ ਸੁਣੇਗਾ ਕੋਈ ਦਾਸਤਾਂ ਕਹਿਣ ਵਾਲੇ ਹੀ ਸੌਂ ਗਏ ਤੇ ਕਿਵੇਂ ਗੱਲ ਬਣੇਗੀ ਸੁਣਦੇ ਨੇ ਲੋਕ ਭਾਈ ਹੋਵੇ ਤੇ ਸਹੀ ਕੋਈ ਸੁਣਾਉਣ ਵਾਲਾ ਤੇ ਗੁਰਮੁਖੋ ਉਹ ਕਹਿੰਦਾ ਮੈਂ ਸੁਣਾਇਆ ਤੇ ਉਹਨੇ ਸੁਣਿਆ ਅਸੀਂ ਪਹੁੰਚੇ ਲਾਚੀ ਬੇਰ ਕੋਲ ਮੈਂ ਉਹ ਵੀ ਦੱਸਿਆ ਏਦਾਂ ਵੀ ਹੋਇਆ ਇੱਥੇ ਆਲ ਇਹ ਸੁੱਖਾ ਸਿੰਘ ਮਹਿਤਾਬ ਸਿੰਘ ਹੁਣੀ ਵੀ ਆਏ ਇਹ ਪੰਜ ਵਾਰੀ ਢਾਇਆ ਵੀ ਗਿਆ ਹੈ ਦਰਬਾਰ ਅੰਮ੍ਰਿਤਸਰ ਇਹ ਸਰੋਵਰ ਪੂਰਿਆ ਵੀ ਗਿਆ ਹੈ ਪਰ ਫਿਰ ਵੀ ਕਾਇਮ ਹੈ ਮੈਂ ਸਮਝਾਇਆ ਆ ਸ਼ਕਤੀ ਦਾ ਪ੍ਰਤੀਕ ਹੈ ਆ ਭਗਤੀ ਦਾ ਪ੍ਰਤੀਕ ਹੈ ਅੰਮ੍ਰਿਤਸਰ ਕੇਵਲ ਭਗਤੀ ਔਰ ਸ਼ਕਤੀ ਕਹਿੰਦਾ ਮੈਂ ਕੱਲੀ ਕੱਲੀ ਗੱਲ ਸਮਝਾਈ ਤੇ ਉਹ ਬੜੇ ਗੌਰ ਨਾਲ ਅੰਗਰੇਜ਼ ਨੇ ਮੇਰੀ ਗੱਲ ਸੁਣੀ ਇਹਨੇ ਨੂੰ ਕਹਿੰਦੇ ਨਰਸਿੰਘਾ ਵੱਜ ਗਿਆ ਮੈਂ ਇਹੀ ਚਾਹੁੰਦਾ ਸਾਂ ਵੀ ਹੁਣ ਸਤਿਗੁਰੂ ਆ ਜਾਣ ਲੋਹਾ ਗਰਮ ਹੈ ਸੱਚੇ ਪਾਤਸ਼ਾਹ ਆ ਜਾਣ ਕਹਿੰਦੇ ਪੂਰਾ ਮੈਂ ਉਹਨੂੰ ਸਮਝਾਇਆ ਬ੍ਰੇਨ ਵਾਸ਼ ਕੀਤਾ ਉਹਦਾ ਮੈਂ ਪੂਰੇ ਬਸ ਵੇਖਿਆ ਵੀ ਹੁਣ ਤਿਆਰੀ ਚ ਹੈ ਜੁੜ ਰਿਹਾ ਇਹਦਾ ਮਨ ਇਹਨੇ ਨੂੰ ਨਰਸਿੰਘਾ ਵੱਜ ਗਿਆ ਸਾਢੇ ਚਾਰ ਵੱਜ ਗਏ ਮੈਨੂੰ ਕਹਿੰਦਾ ਹੈ ਉਹ ਕਾਹਦੀ ਆਵਾਜ਼ ਆਈ ਹੈ ਧਿਆਨ ਦਿਓ ਕਹਿੰਦੇ ਮੈਂ ਆਖਿਆ ਉਹ ਕਹਿੰਦਾ ਉਹ ਕਾਹਦੀ ਆਵਾਜ਼ ਆਈ ਹੈ ਕਹਿੰਦੇ ਮੈਂ ਆਖਿਆ ਸਾਡੇ ਸਤਿਗੁਰੂ ਆ ਰਹੇ ਨੇ ਇਹ ਸਾਡੇ ਮਾਲਕ ਨੇ ਇਹ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕਹਿੰਦੇ ਜਦੋਂ ਮੈਨੂੰ ਦੱਸਿਆ ਨਾ ਵੀ ਇਹ ਉਹ ਦਰ ਹੈ ਉਹ ਵੇਖ ਕਦੇ ਗਰੀਬ ਮੋਢਾ ਲਾਂਦਾ ਕਦੇ ਅਮੀਰ ਮੋਢਾ ਲਾਂਦਾ ਇੱਥੇ ਕੋਈ ਫਰਕ ਨਹੀਂ ਭਿੱਖ ਮੰਗਾ ਵੀ ਮੋਢਾ ਲਾ ਲੈਂਦਾ ਪਾਲਕੀ ਨੂੰ ਅਰਬਾਂ ਪਤੀ ਵੀ ਮੋਢਾ ਲਾਂਦੇ ਨੇ ਭੇਦਭਾਵ ਨਹੀਂ ਕੋਈ ਵੇਖੋ ਗੁਰਮੁਖੋ ਜਿਹੜਾ ਗੁਰਮਤ ਤੋਂ ਕੋਰਾ ਹੈ ਉਹ ਤੇ ਭੇਦਭਾਵ ਕਰ ਸਕਦਾ ਰੰਗੇ ਹੋਏ ਨਹੀਂ ਭੇਦਭਾਵ ਕਰਦੇ ਗੁਰੂ ਘਰ ਚ ਫਰਕ ਨਹੀਂ ਬਾਹਰ ਬਾਅਦ ਵਿੱਚ ਜਦੋਂ ਕੰਮ ਚੱਲਦਾ ਬਾਅਦ ਵਿੱਚ ਲੋਕ ਆ ਵੱਡਾ ਛੋਟਾ ਕਰ ਲੈਂਦੇ ਨੇ ਪਰ ਗੁਰੂ ਘਰ ਚ ਕੋਈ ਇਹੋ ਜਿਹੀ ਮਰਿਆਦਾ ਨਹੀਂ ਕਹਿੰਦੇ ਮੈਂ ਸਮਝਾਇਆ ਆ ਵੇਖ ਸਾਡੇ ਸਤਿਗੁਰੂ ਤੇਰੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਇੱਥੇ ਮੱਥਾ ਟੇਕ ਕੇ ਜਾਂਦਾ ਹੈ ਇਹ ਛੋਟਾ ਜਿਹਾ ਦਰ ਨਹੀਂ ਕੋਈ ਤੇਰੇ ਦਰ ਤੇ ਚੜੂ ਦੇਵਨ ਮਾਲਕ ਮੁਲਕ ਜੰਗੀਰਾਂ ਦੇ ਲੋਚਣ ਸਾਹਿਬ ਪੁੱਤਰ ਸ਼ਾਹ ਅਮੀਰਾਂ ਦੇ ਪੁੱਤਰ ਸ਼ਾਹ ਅਮੀਰਾਂ ਦੇ ਲੋਚਣ ਸਾਹਿਬ ਪੁੱਤਰ ਸ਼ਾਹ ਅਮੀਰਾਂ ਦੇ ਲੋਚਣ ਸਾਹਿਬ ਪੁੱਤਰ ਸ਼ਾਹ ਅਮੀਰਾਂ ਦੇ ਲੋਚਣ ਸਾਹਿਬ
ਅਜਮਤ ਵਾਲੇ ਤੇਰੇ ਦਰ ਆ ਕੇ, ਅਜਮਤ ਵਾਲੇ, ਅਜਮਤ ਵਾਲੇ ਤੇਰੇ ਦਰ ਆ ਕੇ ਬੈਠੇ ਵਾਂਗ ਫਕੀਰਾਂ ਦੇ ਅਜਮਤ ਵਾਲੇ, ਬੈਠੇ ਵਾਂਗ ਫਕੀਰਾਂ ਦੇ ਅਜਮਤ ਵਾਲੇ ਤੇਰੇ ਦਰ ਆ ਕੇ ਸਮਝਾਇਆ ਮਾਲਕ ਦਾ ਦਰ ਕਿੱਡਾ ਵੱਡਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿੱਡੇ ਵੱਡੇ ਨੇ, ਇਹ ਗੱਲ ਸਾਡੇ ਵੀ ਸਮਝਣ ਵਾਲੀ ਹੈ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਨੂੰ ਕਾਗਜ਼ ਅੱਖਰ ਨਾ ਸਮਝੀਏ, ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਾਂਗੇ ਓਨਾ ਹੀ ਸਾਡਾ ਹੋਏਗਾ। ਅੰਮ੍ਰਿਤਸਰ ਵਿੱਚ ਰਹਿਣ ਵਾਲੇ ਉਹੀ ਨੇ ਜਿਹੜੇ ਸਾਡੇ ਘਰਾਂ 'ਚ ਚਰਨ ਪਾਉਣ ਆਉਂਦੇ ਨੇ, ਉਹੀ ਨੇ ਜਿਹੜੇ ਸਾਨੂੰ ਗਰੀਬਾਂ ਨੂੰ ਨਵਾਜਣ ਆਉਂਦੇ ਨੇ, ਉਹੀ ਨੇ ਜਿਹੜੇ ਆਨੰਦ ਕਾਰਜਾਂ 'ਚ ਵਿਚਾਲੇ ਬਹਿੰਦੇ ਨੇ ਆ ਕੇ, ਉਹੀ ਨੇ ਜਿਹੜੇ ਬਾਪੂ ਮਰੇ ਤੇ ਆ ਜਾਂਦੇ ਨੇ ਹੌਸਲਾ ਦੇਣ ਲਈ, ਹੌਸਲਾ ਰੱਖ ਸਾਰੀ ਦੁਨੀਆ ਨਹੀਂ ਜਾਣਾ, ਆਖੋ ਸਤਨਾਮ। ਉਹੀ ਨੇ ਇਹ ਅੰਮ੍ਰਿਤਸਰ ਵਾਲੇ ਹੀ ਨੇ ਜਿਹੜੇ ਤੇਰੇ ਘਰ 'ਚ ਆਏ, ਇਹ ਉਹੀ ਨੇ, ਫਰਕ ਕੋਈ ਨਹੀਂ। ਤੇ ਕਹਿੰਦੇ ਮੈਂ ਦੱਸੀ ਗਿਆ ਤੇ ਉਹ ਸੁਣੀ ਗਿਆ। ਫਿਰ ਮਹਾਰਾਜ ਸਾਹਿਬ ਅੰਦਰ ਗਏ, ਰਾਗੀ ਸਿੰਘ ਸ਼ਬਦ ਪੜ੍ਹਦੇ ਨੇ, ਗੁਰੂ ਸਾਹਿਬ ਨੂੰ ਜੀਓ ਆਇਆ ਆਖਿਆ ਜਾ ਰਿਹਾ, ਲੱਖਾਂ ਸੰਗਤਾਂ ਨਾਲ ਅਸੀਂ ਵੀ ਨਾਲ ਹੀ ਤੁਰ ਪਏ। ਦਰਬਾਰ ਸਾਹਿਬ 'ਚ ਭੀੜ ਬੜੀ ਸੀ, ਪਰ ਫਿਰ ਵੀ ਅਸੀਂ ਹੌਲੀ ਹੌਲੀ ਵੜੀ ਗਏ, ਇੱਕ ਪੈਰ ਰੱਖਣ ਨੂੰ ਜਗ੍ਹਾ ਮਿਲੀ ਪਰ ਖਲੋ ਗਏ। ਫਿਰ ਕਹਿੰਦੇ ਨੇ ਸਵਈਏ ਪੜ੍ਹਦੇ ਨੇ ਸਿੰਘ ਵਾਰੀ ਵਾਰੀ ਸਿਰ, ਪ੍ਰਕਾਸ਼ ਹੋ ਰਿਹਾ। ਮੈਂ ਆਖਿਆ ਇਕੱਲੇ ਇੱਥੇ ਨਹੀਂ, ਸਾਰੀ ਦੁਨੀਆ ਵੇਖ ਰਹੀ ਹੈ, ਸੁਣ ਰਹੀ ਹੈ। ਕਹਿੰਦੇ ਉਹ ਬੈਠਾ ਸੁਣੀ ਗਿਆ ਉੱਥੇ। ਫਿਰ ਮੈਂ ਜਦੋਂ ਹੁਕਮਨਾਮਾ ਹੋਇਆ ਤੇ ਮੈਂ ਬੋਲਣਾ ਬੰਦ ਕਰ ਦਿੱਤਾ, ਮੈਂ ਹੁਣ ਸਤਿਗੁਰੂ ਤੁਸੀਂ ਜਾਣੋ, ਮੈਂ ਚੁੱਪ ਕਰ ਗਿਆ। ਹੁਕਮਨਾਮਾ ਹੋਇਆ, ਸੁਣਿਆ ਉਹਨੇ, ਤੇ ਫਿਰ ਕਹਿੰਦੇ ਕੀਰਤਨ ਹੋ ਗਿਆ ਤੇ ਉਹਨੇ ਚੌਂਕੜਾ ਲਾ ਲਿਆ, ਅੱਖਾਂ ਕਰ ਲਈਆਂ ਬੰਦ। ਕਹਿੰਦਾ 8 ਵਜੇ ਤੱਕ ਅੱਖਾਂ ਹੀ ਨਹੀਂ ਖੋਲੀਆਂ, 8 ਵੱਜ ਗਏ 4:30 ਵਜੇ ਦੇ। ਫਿਰ ਮੈਂ ਹਲਾਇਆ, ਅਰਦਾਸ ਵੀ ਹੋ ਗਈ, ਹੁਕਮਨਾਮੇ ਵੀ ਹੋ ਗਏ, ਚੱਲੀਏ? ਨਹੀਂ, ਥੋੜਾ ਚਿਰ ਹੋਰ ਬਹਿਣਾ। ਫਿਰ ਬਹਿ ਗਿਆ। ਫਿਰ ਕਹਿੰਦੇ ਜਦੋਂ 10:10 ਵੱਜ ਗਏ, ਮੈਂ ਕਿਹਾ ਹੁਣ ਤੇ ਚੱਲੀਏ, ਆ ਜਾ। ਕਹਿੰਦੇ ਮੈਂ ਨਾਲ ਲਿਆਇਆ ਨਾ, ਜਦੋਂ ਲਾਲ ਰੰਗ ਹੋ ਗਿਆ ਉਸ ਅੰਗਰੇਜ਼ ਦਾ, ਡਾਕਟਰ ਇਕਬਾਲ ਸਿੰਘ ਨੇ ਆਪਣੇ ਹੱਥੀਂ ਇਹ ਲੇਖ ਲਿਖਿਆ। ਉਹ ਕਹਿੰਦੇ ਨੇ ਜਦੋਂ ਬਾਹਰ ਆ ਰਿਹਾ ਸੀ, ਲਾਲ ਰੰਗ ਹੋ ਗਿਆ ਤੇ ਆਖਣ ਲੱਗਾ, ਡਾਕਟਰ ਸਾਹਿਬ ਮੈਂ ਤੁਹਾਡਾ ਧੰਨਵਾਦੀ ਹਾਂ। ਕਿਸ ਗੱਲੋਂ? ਅੱਜ ਮੈਨੂੰ ਪ੍ਰਤੱਖ ਰੱਬ ਦੇ ਦਰਸ਼ਨ ਕਰਾ ਕਾਲ। ਕਹਿੰਦਾ ਸੀ ਰੱਬ ਹੈ ਨਹੀਂ, ਅੱਜ ਕਹਿੰਦਾ ਰੱਬ ਬਿਨਾਂ ਕੁਝ ਵੀ ਨਹੀਂ ਇੱਥੇ, ਸਭ ਕੁਝ ਹੀ, ਸਾਰੇ ਜਰੇ ਜਰੇ ਚ ਹੈ। ਕਹਿੰਦੇ ਕਹਿੰਦਾ ਪ੍ਰਤੱਖ ਵੇਖ ਲਿਆ ਰੱਬ। ਡਾਕਟਰ ਸਾਹਿਬ ਮੈਂ ਐਵੇਂ ਨਾਸਤਕ ਸਾਂ, ਮੈਨੂੰ ਨਹੀਂ ਸੀ ਪਤਾ। ਇੰਨੀ ਸ਼ਰਧਾ, ਇੰਨੀ ਭਾਵਨਾ, ਇੰਨਾ ਅਸਰ ਉਸ ਅੰਗਰੇਜ਼ ਦੇ ਮਨ ਦੇ ਉੱਤੇ ਹੋਇਆ, ਉਸ ਗੋਰੇ ਦੇ ਮਨ ਉੱਤੇ ਹੋਇਆ। ਮੈਂ ਬੇਨਤੀ ਪਹਿਲਾਂ ਕਰ ਚੁੱਕਿਆ ਕਿ ਅੰਮ੍ਰਿਤਸਰ ਸਿਫਤੀ ਦਾ ਘਰ, ਅੰਮ੍ਰਿਤਸਰ ਇਹੋ ਜਿਹਾ ਅਸਥਾਨ ਹੈ, ਇਹੋ ਜਿਹਾ ਤੀਰਥ ਹੈ। ਗੁਰਮੁਖੋ ਉੱਥੇ ਚਲੇ ਜਾਓ, ਸੁੱਕੇ ਹੋਏ ਮਨ ਹਰੇ ਹੋ ਜਾਂਦੇ ਨੇ। ਪਰ ਉਹ ਭਾਵਨਾ ਬਣਾ ਕੇ ਜਾਈਏ ਤੇ ਤਾਂ ਗੱਲ ਬਣੇ।
ਅੰਮ੍ਰਿਤਸਰ ਜਾ ਕੇ ਪਹਿਲਾਂ ਤੇ ਪ੍ਰਬੰਧਕਾਂ ਨਾਲ ਹੀ ਲੜਦੇ ਰਹੀਦਾ ਵੀ ਸਾਨੂੰ ਤੁਸੀਂ ਕਮਰਾ ਨਹੀਂ ਦਿੰਦੇ, ਉੱਥੇ ਹੀ ਕ੍ਰੋਧ ਚੜ ਜਾਂਦਾ ਬਾਹਰ ਹੀ, ਉੱਥੇ ਰਸ ਕਿੱਥੇ ਰਹਿਣਾ ਫਿਰ? ਫਿਰ ਪ੍ਰਸ਼ਾਦਿਆਂ ਦੀ ਨਿੰਦਿਆ, ਇਲਾ ਰੋਟੀਆਂ ਸੁੱਕੀਆਂ ਖਵਾਈ ਜਾਂਦੇ ਨੇ, ਦਾਲ ਇਦਾਂ ਦੀ ਬਣੀ ਹੈ, ਆ ਇੱਥੇ ਆ ਠੀਕ ਨਹੀਂ, ਆ ਠੀਕ ਨਹੀਂ, ਫਿਰ ਰਸ ਕਿੱਥੇ? ਪਰ ਜੇ ਜਾਏਗਾ ਵੀ ਮੈਂ ਜ਼ਮੀਰ ਜਗਾਉਣ ਚੱਲਿਆ ਫਿਰ ਗੱਲ ਬਣਦੀ ਹੈ। 10 ਦਿਨ ਲਾਓ, ਹਫ਼ਤਾ ਲਾਓ, 7 ਦਿਨ ਲਾਓ, ਪਰ ਜਿਵੇਂ ਅਸੀਂ ਹੁਣ ਅੱਜ ਕੱਲ੍ਹ ਜਾਂਦੇ ਹਾਂ ਵੀ ਹੱਥ ਲਾਇਆ ਤੇ ਮੋੜ ਆਏ, ਏਦਾਂ ਨਹੀਂ, ਅਸੀਂ ਚੱਲੇ ਹਾਂ ਉੱਥੇ ਕੁਝ ਲੈਣ ਲਈ, ਉੱਥੇ ਸੁੱਕੇ ਹੋਏ ਮਨ ਹਰੇ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਮੈਂ ਅਰਜ ਪਹਿਲਾਂ ਵੀ ਕਰ ਚੁੱਕਿਆ, ਸੈਲ ਪੱਥਰ ਮੈਂ ਜੰਤ ਪਾਏ ਤਾਕਾ ਰਿਜਕ ਆਗਾ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਸੁੱਕਿਆ ਹੋਇਆ ਮਨ ਉੱਥੇ ਹਰਾ ਭਰਾ ਹੁੰਦਾ। ਸੋ ਅਰਜ ਜ਼ਰੂਰ ਜੁੜੀਏ ਤੇ ਅਭਿਆਸੀ ਵੀ ਬਣਨਾ। ਮੈਂ ਪਹਿਲੇ ਦੀਵਾਨ 'ਚ ਬਹੁਤ ਬੇਨਤੀਆਂ ਸਿਮਰਨ ਭਜਨ ਕਰਨ ਦੇ ਸੰਬੰਧ ਵਿੱਚ ਕੀਤੀਆਂ ਸਨ ਵੀ ਸਿਮਰਨ ਕਰਨਾ ਕਿੱਦਾਂ, ਸਾਸ ਗਰਾਸ ਸਿਮਰਨ ਕਿਵੇਂ ਕਰਨਾ ਹੈ। ਮੈਂ ਬਹੁਤ ਬੇਨਤੀਆਂ ਆਪ ਜੀ ਦੇ ਚਰਨਾਂ 'ਚ ਕੀਤੀਆਂ ਸਨ ਤੇ ਮੇਰੀ ਬੇਨਤੀ ਹੈ ਵੀ ਜ਼ਰੂਰ ਅੰਮ੍ਰਿਤਧਾਰੀ ਹੋਵੋ, ਸਿੰਘ ਸਜੋ। ਪਰਸੋਂ ਚੌਥ ਨੂੰ, 14 ਨਵੰਬਰ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਗੁਰਮਤਿ ਸਮਾਗਮ ਚੱਲਣਾ, 9 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਹੁਤ ਮਹਾਂਪੁਰਸ਼ਾਂ ਨੇ ਦਰਸ਼ਨ ਦੇਣੇ ਨੇ ਤੇ ਮੇਰੀ ਆਪ ਸਾਰੀ ਸੰਗਤ ਨੂੰ ਬੇਨਤੀ ਹੈ 9 ਵਜੇ ਤੋਂ ਸ਼ਾਮ 4 ਵਜੇ ਤੱਕ, ਨਾਲੇ ਸੰਗਰਾਂਦ ਦਾ ਦਿਹਾੜਾ ਹੈ, ਦਿਨੇ ਪ੍ਰੋਗਰਾਮ ਹੋਣਾ, ਵੱਧ ਚੜ੍ਹ ਕੇ ਪਹੁੰਚ ਕੇ ਦਰਸ਼ਨ ਬਖਸ਼ਣੇ। ਨਵੇਂ ਬਣੇ ਦਰਬਾਰ ਸਾਹਿਬ ਦਾ ਉਦਘਾਟਨ ਵੀ ਕੀਤਾ ਜਾਏਗਾ, ਲੰਗਰ ਹਾਲ ਨਵਾਂ ਬਣਿਆ ਉਹਦਾ ਵੀ ਉਦਘਾਟਨ ਕੀਤਾ ਜਾਏਗਾ। ਸੋ ਵੱਧ ਚੜ੍ਹ ਕੇ ਪਹੁੰਚ ਕੇ ਦਰਸ਼ਨ ਬਖਸ਼ਣੇ, ਕਿਰਪਾ ਕਰਨੀ। ਸਰਬ ਸਾਧ ਸੰਗਤ ਦਾ ਧੰਨਵਾਦ, ਇੱਥੋਂ ਦੇ ਸਮੂਹ ਪ੍ਰਬੰਧਕਾਂ ਦਾ, ਸਾਰੇ ਨਿਰਵੈਰ ਖਾਲਸਾ ਦਲ ਮੰਡੀ ਗੋਬਿੰਦਗੜ੍ਹ ਜਿਨ੍ਹਾਂ ਦਾ ਬਹੁਤ ਬਹੁਤ ਵੱਡਾ ਉਪਰਾਲਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਬਖਸ਼ਿਸ਼ ਹੈ, ਭਾਈ ਨਰਿੰਦਰ ਸਿੰਘ ਸੇਖੋਂ, ਸਾਰਾ ਹੀ ਇਹਨਾਂ ਦਾ ਪਰਿਵਾਰ ਔਰ ਸਾਰੇ ਦਲ, ਸਾਰੇ ਹੀ ਮੈਂਬਰ, ਸਾਰੇ ਜਿੰਨੇ ਜੋਗੇ ਨੇ ਪੂਰੀ ਵਾਹ ਲਾ ਦਿੰਦੇ ਨੇ ਸਮਾਗਮ ਵਾਸਤੇ, ਕਿਸੇ ਨਾ ਕਿਸੇ ਤਰੀਕੇ ਦੁਆਰਾ ਸੰਗਤ ਜੁੜੇ, ਚਾਹੇ ਮੀਡੀਏ ਦੁਆਰਾ, ਸਾਰਿਆਂ ਪੇਪਰਾਂ 'ਚ ਵੀ ਇਸ਼ਤਿਹਾਰ ਦਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸੰਗਤ ਵੱਧ ਤੋਂ ਵੱਧ ਹਾਜ਼ਰ ਹੋਵੇ, ਮਹਾਰਾਜ ਮੇਰਾ ਰੱਖਣ, ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ, ਵੱਧ ਚੜ੍ਹ ਕੇ ਗੁਰੂ ਘਰ ਦੀ ਸੇਵਾ ਕਰਦੇ ਰਹੋ। ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਦਾ ਮੇਘ ਹਮੇਸ਼ਾ ਵਰਸਦਾ ਰਹੇ, ਉਹਦੇ ਵਿੱਚ ਸ਼ਰਸ਼ਾਰ ਹੁੰਦੇ ਰਹੀਏ। ਪਰਸੋਂ ਨੂੰ ਜ਼ਰੂਰ ਦਰਸ਼ਨ ਬਖਸ਼ਣੇ ਅਤੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ। ਸਤਿਗੁਰੂ ਜੀ ਜਾਣਗੇ ਆਪਾਂ ਫਿਰ ਘਰਾਂ ਨੂੰ ਚਾਲੇ ਪਾਵਾਂਗੇ। ਮੈਂ ਸਮਾਪਤੀ ਕਰਨ ਤੋਂ ਪਹਿਲਾਂ 2 ਮਿੰਟ ਸਿਮਰਨ ਵਿੱਚ ਹਾਜ਼ਰੀ ਭਰਾਉਣੀ ਚਾਹੁੰਦਾ। ਸਾਰੇ ਪੜ੍ਹੋ, ਅੱਖਾਂ ਬੰਦ ਕਰੋ, ਚੌਂਕੜੇ ਲਾ ਕੇ ਬੈਠ, ਸਾਰੇ ਕਿਰਪਾ ਕਰਕੇ ਬੋਲਿਓ ਭਾਈ, ਸਾਰੇ ਕਿਰਪਾ ਕਰੋ।
ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਣਾ ਬੋਲੋ ਸਤਨਾਮ, ਸਿੰਘ ਬੋਲੋ ਸਤਨਾਮ, ਭੈਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ, ਸਿੰਘ ਬੋਲੋ ਭੈਣਾਂ ਬੋਲੋ ਸਿੰਘ ਬੋਲੋ ਸਤਨਾਮ ਗੱਜ ਕੇ ਸਿੰਘੋ ਭੈਣਾਂ ਬੋਲੋ ਸ੍ਰੀ ਵਾਹਿਗੁਰੂ ਸਤਨਾਮ ਸਤਨਾਮ ਬੋਲੋ ਸਿੰਘ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹ ਵਾਹ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਮਰੋ 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 ਸਿ
ਸਿਰ ਦੁੱਖਾਂ ਕੇ ਦੁੱਖ ਦੇਹੇ ਨਾਮ ਸੰਤੁਖੀਆ ਉਤਰੇ ਮਨ ਕੀ ਭੁੱਖ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਾਦਾ। ਆਓ ਸਰਬ ਸਾਧ ਸੰਗਤ ਦਾ ਧੰਨਵਾਦ, ਜਿੰਨੇ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਸਭ ਦਾ ਸਤਿਕਾਰ ਕੀਤਾ ਜਾਏਗਾ, ਸਭ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ। ਸਮੂਹ ਨਿਰਵੈਰ ਖਾਲਸਾ ਦਲ ਮੰਡੀ ਗੋਬਿੰਦਗੜ੍ਹ ਦਾ ਧੰਨਵਾਦ ਇਹਨਾਂ ਸਿੰਘਾਂ ਦੀ। ਪਿਛਲੇ 7-8 ਸਾਲ ਤੋਂ ਪਰਮੇਸ਼ਵਰ ਦੁਆਰ ਸਾਹਿਬ ਵੀ ਸੰਗਰਾਂਦ ਤੇ ਡਿਊਟੀ ਲੱਗੀ ਹੈ, ਆਏ ਹੋਏ ਮਹਾਂਪੁਰਸ਼ਾਂ ਨੂੰ ਜਲ ਪਾਣੀ ਛਕਾਉਣਾ, ਸੇਵਾ ਕਰਨੀ, ਹਰ ਸੰਗਰਾਂਦ ਤੇ ਲੰਗਰ ਇਹ ਲਾਉਂਦੇ ਨੇ ਜਾ ਕੇ। ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਮੇਰਾ ਰੱਖਣ, ਜਿੰਨੇ ਵੀ ਪਤਵੰਤੇ ਗੁਰਮੁਖ ਪਿਆਰੇ ਜੋ ਵੀ ਆਏ ਸਭ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਮਿਹਰਾਂ ਕਰਕੇ ਇਸ ਭਾਗਾ ਸਮਾਂ ਬਖਸ਼ਿਆ। ਗੱਜ ਕੇ ਸਾਰੀ ਸੰਗਤ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਬਾਂਝੀ ਨਾ ਰਵੇ, ਮਹਾਰਾਜ ਸਾਹਿਬ ਜਾਣਗੇ। ਫਿਰ ਆਪੋ ਆਪਣੇ ਘਰਾਂ ਨੂੰ ਜਾਲੇ ਪਾਇਓ ਭਾਈ, ਗੁਰੂ ਸਾਹਿਬ ਦੇ ਜਾਣ ਤੋਂ ਪਹਿਲਾਂ ਨਹੀਂ ਜਾਣਾ ਕਿਸੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੁਅੰਕਾਰ ਸਤਿਗੁਰ ਪ੍ਰਸਾਦ ਆਨੰਦ ਸਭ ਕੁਝ ਮੈਂ।
ਸਦਾ ਸਿਧ ਸਲਾਹ ਤੇਰੀ ਨਾਮ ਮਨ ਸਦਾ ਰਹੇ ਆਮ ਜਿਨ ਪੈ ਮਨੋਂ ਵਸਿਆ ਵਾਜੇ ਸਭ ਸ਼ਬਦ ਤਰੋ ਸਾਹਿਬ ਜੀ ਧੰਨ ਗੁਰੂ ਧੰਨ ਗੁਰੂ।
ਧੰਨ ਗੁਰੂ ਜੀ ਧੰਨ ਗੁਰੂ।